प्यारे दर्शको सत श्री काल नामजकार आदाब आज जसी शिरोमणि अकाली दल दे नवे बने प्रधान सरदार सुखदेव सिंह टिंडसा नाल ਗੱਲਬਾਤ ਕਰਾਂਗੇ ਦੂਜੇ ਹਿੱਸੇ ਦੇ ਵਿੱਚ ਅਸੀਂ ਉਹਨਾਂ ਦੇ ਸੁਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਟza ਨਾਲ ਵੀ ਮੁਲਾਕਾਤ ਕਰਾਂਗੇ ਅਸੀਂ ਢੀਂਟza ਸਾਹਿਬ ਨੂੰ ਸੱਦਾ ਦਿੰਨੇ ਵੀ ਉਹਨਾਂ ਨੇ ਨਵਾਂ ਅਕਾਲੀ ਦਲ ਬਣਾਇਆ ਇਹ ਨਵੇਂ ਅਕਾਲੀ ਦਲ ਦਾ ਟੀਚਾ ਕੀ ਹੈ ਮਨੋਰਥ ਕੀਆ ਉਸ ਤੋਂ ਸਾਡੇ ਦਰਸ਼ਕਾਂ ਨੂੰ ਉਹ ਜਾਣੂ ਕਰਾਉਣ ਢੀਂਟza ਸਾਹਿਬ ਵਹੀਰ ਜੀ ਕਾ ਖਾਲਸਾ ਵਹੀਰ ਜੀ ਕੀ ਫਤਿਹ ਸਾਡਾ ਮਨੋਰਥ ਹੈ ਕਿ ਜੋ ਕੁਝ ਸ਼ਰੂਮਨੀ ਕਮੇਟੀ ਚ ਹੋਇਆ ਜਾਂ ਸ਼ਰੂਮਨੀ ਅਕਾਲੀ ਦਲ ਵੀ ਜਿਸ ਤਰ੍ਹਾਂ ਦੀ ਡਿਕਟੇਟਰਸ਼ਿਪ ਚੱਲ ਰਹੀ ਹੈ ਉਹਨਾਂ ਚੀਜ਼ਾਂ ਦੇ ਖਿਲਾਫ ਤਾਂ ਲੜਨਾ ਉਸ ਤੋਂ ਇਲਾਵਾ ਕੁਝ ਐਸੇ ਮੁੱਦੇ ਨੇ ਜਿਹੜੇ ਪੰਜਾਬ ਦੇ ਹਿੱਤਾਂ ਲਈ ਨੇ ਹਾਂਜੀ ਅਸੀਂ ਅੱਜ ਉਹ 14-15 ਮੁੱਦੇ ਮੈਂ ਦਿੱਤੇ ਨੇ ਵੀ ਕਿੰਨਾ-ਕਿੰਨਾ ਲੜਾਰਾਂ ਪੰਜਾਬ ਦੇ ਮੁੱਦਿਆਂ ਲਈ ਉਹਨਾਂ ਚ ਵਿੱਚ ਕਿਸ ਤਰ੍ਹਾਂ ਐਸਡੀਪੀਸੀ ਦੇ ਅ 267 ਸ਼ਰੂਪੀ ਗਾਇਬ ਨੇ ਹਾਂਜੀ 267 267 ਪਰ ਇਸ ਤੋਂ ਇਲਾਵਾ ਇਹ ਨਹੀਂ ਪਤਾ ਲੱਗਦਾ ਵੀ ਕਿੱਥੇ ਕਿੱਥੇ ਗਏ ਕੀ ਨੇ ਤੇ 2017 ਤੋਂ ਦੀ ਇਲੈਕਸ਼ਨ ਤੋਂ ਪਹਿਲਾਂ ਅ ਕੁਝ ਸ਼ਰੂਪਾਂ ਨੂੰ ਅਗਨੀ ਭੇਟ ਹੋ ਗਈ ਸੀ ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਵੀ ਕਿਦੋਂ ਜਾ ਕੇ ਕੋਈ ਰਿਕਾਰਡ ਚ ਨਹੀਂ ਹਨ ਉਹ ਕਿ ਕਿਦੋਂ ਜਾ ਕੇ ਉਹ ਉਹਨੂੰ ਅ ਜਲਪਰਵਾ ਕਰਾਇਆ ਇਸ ਤੋਂ ਇਲਾਵਾ ਜੋ ਕਨਸ਼ ਰਾਜ ਦੀ ਪੀਸੀ ਚ ਹੋ ਰਹੀ ਹੈ ਹਾਂਜੀ ਸਭ ਤੋਂ ਪਹਿਲਾ ਮੁੱਦਾ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀ ਕ腐ਸ਼ਨ ਖਤਮ ਕਰ ਲਈ ਸ਼੍ਰੋਮਣੀ ਕਮੇਟੀ ਨੂੰ ਸਾਫ਼ ਕਰਨਾ ਹੈ ਅੱਛਾ ਔਰ ਇਸ ਤੋਂ ਬਖਰਿਆ ਜਿਸ ਤਰ੍ਹਾਂ ਦੀ ਡਿਕਟੇਟਰਸ਼ਿਪ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਚੱਲ ਰਹੀ ਹੈ ਬਾਦਲ ਦੀ ਉਹਨੂੰ ਵੀ ਅਸੀਂ ਖਤਮ ਕਰਨਾ ਹੈ ਅੱਛਾ ਔਰ ਸਾਰਿਆਂ ਨੂੰ ਸਾਫ਼ ਕਰਨਾ ਇਹਦੇ ਨਾਲ ਅਸੀਂ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨ ਨੂੰ ਉਠਾਉਣਾ ਹੈ ਉਹਨਾਂ ਨੂੰ ਕਹਿਣਾ ਕਿ ਆਓ ਤੁਸੀਂ ਤੁਹਾਡਾ ਪੰਜਾਬ ਲੁੱਟਿਆ ਜਾ ਰਿਹਾ ਹੈ ਚਾਹੇ ਪਹਿਲੀ ਸਰਕਾਰ ਸੀ ਚਾਹੇ ਕੈਪਟਨ ਦੀ ਸਰਕਾਰ ਹੈ ਔਰ ਆਓ ਤੁਸੀਂ ਇਹਨੂੰ ਲੁੱਟੇ ਪੰਜਾਬ ਨੂੰ ਲੁੱਟਣੋਂ ਬਚਾਈਏ ਇਕੱਠੇ ਹੋ ਕੇ ਆਪਾਂ ਲੜੀਏ ਜੋ ਕ腐ਪਸ਼ਨ ਦੋਹਾਂ ਸਰਕਾਰਾਂ ਵਿੱਚ ਹੋਈ ਹੈ ਉਹ ਵੀ ਆਪਣੇ ਆਪ 'ਚ ਇੱਕ ਰਿਕਾਰਡ ਹੀ ਹੋਇਆ ਪਿਆ ਇਸ ਕਰਕੇ ਉਮੇਜੇ ਵਿੱਚ ਸਾਰੇ ਚਾਹੇ ਰੇਟ ਮਾਫੀਆ ਚਾਹੇ ਸ਼ਰਾਬ ਮਾਫੀਆ ਚਾਹੇ ਕੋਈ ਹੋਰ ਮਾਫੀਆ ਨੇ ਜਿੰਨੇ ਵੀ ਹੈਗੇ ਚਾਹੇ ਟਰਾਂਸਪੋਰਟ ਮਾਫੀਆ ਉਹ ਸਾਰੇ ਉਮੇਜੇ ਵਿੱਚ ਚੱਲ ਰਹੇ ਨੇ ਇਸ ਕਰਕੇ ਮੈਂ ਸਮਝਦਾ ਕਿ ਸੁਬੀਰ ਤੇ ਕੈਪਟਨ ਮਿਲ ਕੇ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਦੇ ਬਣਾ ਰਹੇ ਨੇ ਉਹਨੂੰ ਉਜਾਗਰ ਕਰਨ ਦੀ ਕਿਉਂਕਿ ਨੌਜਵਾਨਾਂ ਦੇ ਭਵਿੱਖ ਦੀ ਗੱਲ ਹੈ ਇਸ ਕਰਕੇ ਨੌਜਵਾਨ ਨੂੰ ਤੋਰਨ ਦਾ ਯਤਨ ਕਰਾਂਗੇ ਜਦੋਂ ਇਨਵੈਸਟਰੀਆਂ ਖੁੱਲਣਗੀਆਂ ਕਾਲਜ ਖੁੱਲਣਗੇ ਔਰ ਉਹਨਾਂ ਜਾ ਕੇ ਸੈਮੀਨਾਰ ਕਰਕੇ ਉਹਨਾਂ ਨੂੰ ਆਗਾ ਕਰਾਂਗੇ ਵੀ ਭਾਈ ਬਚੋ ਔਰ ਆਓ ਉਠੋ ਆਪਾਂ ਇੱਕ ਕ腐ਸ਼ਨ ਦੇ ਖਿਲਾਫ ਲੜੀਏ। 3 ਸਰ ਸਾਬ ਤੁਸੀਂ ਸਰੂਪਾਂ ਦੀ ਗੱਲ ਕੀਤੀ ਹੈ ਚਿਰੀ ਗੁਰ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਗਾਇਬ ਹੋਇਆ। ਇਸ ਤੋਂ ਇਲਾਵਾ ਇੱਕ ਜਿਹੜਾ ਬਰਗਾੜੀ ਹੈ ਬਹਿਬਲ ਕਲਾ ਕੋਟਕਪੂਰਾ ਉਸ ਇੱਕ 20 ਕਿਲੋਮੀਟਰ ਦੇ ਏਰੀਏ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਵੱਡੇ ਪੱਧਰ ਤੇ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸੀਗੇ। ਉਸ ਬੇਅਦਬੀ ਦੇ ਮਾਮਲੇ ਦੇ ਵਿੱਚ ਕੱਲ ਇਹ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਆਪਣੇ ਸਿਰਸੇ ਵਾਲੇ ਦੇ ਮੁਖੀ ਦੇ ਖਿਲਾਫ ਕੇਸ ਦਰਜ ਕਰਦ ਲਿਆ ਉਹਨਾਂ ਨੂੰ ਸ਼ਾਮਲ ਕਰ ਲਿਆ ਤੇ ਉਹ ਉਸ ਜਿਹੜੀ ਬੀੜ ਹੈ ਉਹ ਕੱਲ ਸ਼ਰੋਨੀ ਕਾਲੀਦਲ ਤੇ ਭਾਜਪੀ ਦੀ ਸਰਕਾਰ ਸੀਗੀ ਉਸ ਬੀੜ ਦਾ ਤੇ ਉਹ ਗਾਇਬ ਕਰਨ ਵਾਲੇ ਨੇ ਅਜੇ ਤੱਕ ਨਹੀਂ ਪਤਾ ਲੱਗਾ ਹੁਣ ਜਾ ਕੇ ਪਤਾ ਲੱਗਾ ਵੀ ਉਹਨਾਂ ਨੇ ਸੱਤ ਬੰਦੇ ਵੀ ਫੜੇ ਤੇ ਇਹ ਡੇਰੇ ਮੁਖੀ ਨੂੰ ਸਾਜ਼ਿਸ਼ਕਾਰੀ ਦੇ ਤੌਰ ਤੇ ਨਾਮਜ਼ਦ ਕੀਤਾ ਇਹਦੇ ਬਾਰੇ ਤਾਂ ਡੱਕਣਾ ਇਹ ਇੱਕ ਚੰਗਾ ਕਦਮ ਹੈ ਮੈਂ ਮਹਿਸੂਸ ਕਰਦਾ ਪਰ ਜਦੋਂ ਇਨਸਾਬ ਮਿਲੇਗਾ ਸਹੀ ਬੰਦਿਆਂ ਨੂੰ ਸਜ਼ਾ ਮਾ ਹੋਣਗੀਆਂ ਉਹਨੂੰ ਸਿੱਖਾ ਦੇ ਜਾ ਕੇ ਦਿਲ ਠੰਡੇ ਹੋਣਗੇ ਉਹਨੀ ਦੇਰ ਅਹ ਠੀਕ ਹੈ ਚੰਗੀ ਗੱਲ ਹੈ ਅਫਸਰ ਚੰਗੇ ਨੇ ਜਿਹੜੇ ਚੰਗੀ ਤਰ੍ਹਾਂ ਸਾਨੂੰ ਉਮੀਦ ਹੈ ਕਿ ਐਸਆਈਟੀ ਬਹੁਤ ਅੱਛੇ ਢੰਗ ਨਾਲ ਕਰੇਗੀ ਸਾਨੂੰ ਉਮੀਦ ਆ ਪਰ ਜਿੰਨਾਂ ਦੇ ਪੂਰਾ ਇਨਸਾਫ ਨਹੀਂ ਮਿਲਦਾ ਔਰ ਸਾਰੇ ਸਾਹਮਣੇ ਨਹੀਂ ਆ ਜਾਂਦੇ ਸਤਤ ਉਨੀ ਦੇਰ ਅ ਕੋਈ ਕਮੈਂਟ ਬਹੁਤਾ ਕਰਨਾ ਮناسب ਨਹੀਂ ਹੈ ਇਹ ਨਹੀਂ ਵੀ 2 ਸਾਲ ਕਾਂਗਰਸ ਨੇ ਕੱਢਤੇ 3.5 ਸਾਲ ਦੇ ਕਰੀਬ ਇਹ ਸਰਕਾਰ ਨੇ ਦੋਸ਼ੀਆਂ ਦਾ ਪਤਾ ਲਾਉਂਦੇ ਕੱਢ ਦਿੱਤੇ ਨਹੀਂ ਦੋਸ਼ੀਆਂ ਦਾ ਵੀ ਹਲੇ ਉਦੋਂ ਪਤਾ ਲੱਗੂਗਾ ਨਾ ਜਿਨ੍ਹਾਂ ਉਨਾਂ ਕੋਲ ਰਿਕਵਰੀ ਹੋਈ ਕੁਛ ਅੱਜਰ ਕਬਰੀ ਤਾਂ ਜਿਵੇਂ ਤੁਸੀਂ ਕਿਹਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਕੋਈ ਇਸ ਰੂਪਾਂ ਦੀ ਤਾਂ ਜਾਂ ਉਹਨਾਂ ਦੇ ਜੋ ਉਹਨਾਂ ਨੂੰ ਕੀਤਾ ਸੀ ਉਹਦਾ ਅਜੇ ਤੱਕ ਕੁਝ ਨਹੀਂ ਲੱਭਿਆ ਇਸ ਕਰਕੇ ਜਿਨ੍ਹਾਂ ਚਿਰ ਉਹਨਾਂ ਨੂੰ ਲੱਭਦੇ ਉਹਨਾਂ ਦੇ ਅਸੀਂ ਕੀ ਕਹਿ ਸਕਦੇ ਆ ਵੀ ਉਹ ਠੀਕ ਨੇ ਕਿ ਗਲਤ ਨੇ ਬਾਕੀ ਕੋਰਟ ਕਰੇਗੀ ਕੀ ਕਰਦੀ ਹੈ ਜੀ ਉਸ ਸਮੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਵੀਰ ਸਿੰਘ ਬਾਦਲ ਸੀ ਉਹਨਾਂ ਦੇ ਕਾਰਜਕਾਲ ਦੌਰਾਨ ਇਹ ਹੋਇਆ ਤੁਹਾਡਾ ਕੀ ਖਿਆਲ ਇਸ ਮਾਮਲੇ ਨੂੰ ਲੈ ਕੇ ਇਹ ਜਾਂਚ ਕਿੱਧਰ ਨੂੰ ਜਾਏਗੀ ਕੀ ਇਹ ਜਾਂਚ ਤੁਹਾਡਾ ਖਿਆਲ ਇਹਨਾਂ ਉਹ ਸਮੇਂ ਦੇ ਜਿਹੜੇ ਡੀਜੀਪੀ ਸੀਗੇ ਉਸ ਸਮੇਂ ਦੇ ਜਿਹੜੇ ਮੁੱਖ ਮੰਤਰੀ ਸੀ ਉਸ ਸਮੇਂ ਦੇ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਉਹਨਾਂ ਵੱਲ ਵੀ ਕੋਈ ਜਾਏਗੀ ਜਾਂ ਉਹ ਜ਼ਿੰਮੇਵਾਰ ਬਣਦੇ ਜਾਂ ਨਹੀਂ ਬਣਦੇ ਤੁਹਾਡੇ ਕੋਲ ਦੇਖੋ ਇਹ ਤਾਂ ਹੁਣ ਐਸਆਈਟੀ ਕੱਢੇਗੀ ਅੱਜ ਅਸੀਂ ਕੋਈ ਗੱਲ ਕਰੀਏ ਤਾਂ ਉਹਦੇ ਵਿੱਚ ਮناسب ਨਹੀਂ ਹੈ ਪਰ ਇਹ ਜ਼ਰੂਰ ਹੈ ਕਿ ਉਦੋਂ ਹੋਇਆ ਸਰਕਾਰ ਵੇਲੇ ਸਾਡੀ ਸਰਕਾਰ ਸੀ ਜਦੋਂ ਜਿਹਦੇ ਮੁੱਖ ਮੰਤਰੀ ਸਰਦਾਰ ਬਾਦਲ ਸਿੰਘ ਤੇ ਸੁਖਵੀਰ ਸਿੰਘ ਗ੍ਰਹਿ ਮੰਤਰੀ ਸੀ ਔਰ ਡਿਪਟੀ ਪ੍ਰਾਈਮ ਮੁੱਖ ਮੰਤਰੀ ਸੀ ਤੇ ਉਹ ਉਹ ਨਹੀਂ ਕੁਝ ਕਰ ਸਕੇ ਹੁਣ ਕੈਪਟਨ ਸਾਹਿਬ ਨੇ ਵੀ ਪਾਣੀ ਤਿੰਨ ਸਾਲ ਤਿੰਨ ਸਵਾ ਤਿੰਨ ਸਾਲ ਲਿਆ ਤੇ ਤੇ ਮੈਂ ਸਮਝਦਾ ਵੀ ਅਜੇ ਵੀ ਜੇ ਹੋ ਜਾਏ ਤਾਂ ਘਟੋ ਘਟੇ ਯਾਨੀ ਸਾਡਾ ਅਸੀਂ ਅੱਜ ਵੀ ਕਹਾਂ ਉੱਥੇ ਕਿ ਅਸੀਂ ਬਰਗਾੜੀ ਕੇਸ ਨੂੰ ਅਕੀਲ ਦੇ ਤੱਕ ਦਮ ਤੱਕ ਲੈ ਕੇ ਜਾਵਾਂਗੇ ਤੇ ਅਡਾ ਮੁੱਖ ਮੁੱਦਾ ਰਹੇਗਾ ਮੁੱਖ ਮੁੱਦਿਆਂ ਚੋਂ ਇੱਕ ਮੁੱਦਾ ਰਹੇਗਾ ਬਰਗਾੜੀ ਬਿਲਕੁਲ ਰਹੇਗਾ ਸਾਡਾ ਬਰਗਾੜੀ ਰਹੇਗਾ ਸਾਡੇ ਸਾਰੇ ਸਿੱਖ ਮੁੱਦੇ ਹੀ ਨੇ ਜਿੰਨੀ ਐ ਜੀਪੀਸੀ ਚ ਕੋਰਪਸ਼ਨ ਹੋ ਰਹੀ ਹੈ ਉਹ ਵੀ ਬਹੁਤ ਵੱਡਾ ਮੁੱਦਾ ਹੈ ਨੇ ਐਸਜੀਪੀਸੀ ਦੀ ਜਿਹੜੀ ਕਰਪਸ਼ਨ ਦਾ ਮਾਮਲਾ ਹੈਗਾ ਤੁਸੀਂ ਕਹਿੰਨੇ ਵੀ ਬਹੁਤ ਵੱਡੀ ਪੱਧਰ ਤੇ ਕਰਪਸ਼ਨ ਹੋ ਰਹੀ ਹੈ ਇਹ ਕਰਪਸ਼ਨ ਤਾਂ ਹੀ ਦੂਰ ਹੋ ਸਕੇਗੀ ਜੇ ਤੁਹਾਨੂੰ ਉੱਥੇ ਐਸਜੀਪੀਸੀ ਦੇ ਵਿੱਚ ਆਉਣ ਦਾ ਮੌਕਾ ਮਿਲੇਗਾ ਜੇ ਚੋਣਾਂ ਹੋਣਗੀਆਂ ਤਾਂ ਹੀ ਤੁਸੀਂ ਉੱਥੇ ਤੁਸੀਂ ਇੱਕ ਸਮਝ ਲਓ ਜਦੋਂ ਐਸਜੀਪੀਸੀ ਦੇ ਇਲੈਕਸ਼ਨ ਹੋਈਆਂ ਜਿਨ੍ਹਾਂ ਦੇ ਪੰਜ ਬੰਦੇ ਵੀ ਜਿੱਤ ਜਾਣ ਤੋਂ ਮੈਨੂੰ ਫਰ ਲਿਓ ਅੱਛਾ ਕਿਉਂਕਿ ਲੋਕ ਬਹੁਤ ਦੁਖੀ ਨੇ ਜੋ ਕਿਸ ਐਸਜੀਪੀਸ ਝੋੜ ਰਿਹਾ ਔਰ ਉਹ ਹਰਾਨ ਦੀ ਗੱਲ ਹੈ ਕਿ ਕੋਈ ਵੀ ਗੁਰੂ ਘਰ ਮੈਂ ਕੇ ਸਿਰ ਪੁੱਛਿਆ ਵੀ ਹਰਮੰਦਰ ਸਾਹਿਬ ਕੱਲਾ ਕਹਿੰਦੇ ਮੁਨਾਫੇ ਚ ਬਾਕੀ ਸਾਰੇ ਗੁਰੂ ਘਰ ਘਾਟੇ ਜਾ ਰਹੇ ਨੇ ਤੇ ਲੇਕਿਨ ਮੈਨੂੰ ਹੁਣ ਕਿਸੇ ਨੇ ਦੱਸਿਆ ਵੀ ਉਹ ਵੀ ਘਾਟੇ ਚ ਲਿਆ ਗਿਆ ਅੱਛਾ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ 8000 ਏਕੜ ਜ਼ਮੀਨ ਹੈ ਔਰ ਇੰਨਾ ਚਲਾਵਾ ਚੜਦਾ ਔਰ 7-8 ਲੱਖ ਕੁਇੰਟਲ ਹਮੇਸ਼ਾ ਕਣ ਕੇ ਲੋਕ ਸ਼ਰਧਾ ਦੇ ਮਤਲਬ ਦੇ ਦੇਖੇ ਜਾਂਦੇ ਨੇ ਹਰ ਸਾਲ ਭਈ ਫਿਰ ਵੀ ਇੰਨਾ ਘਾਟੇ ਜਾਣਾ ਦੇਉ ਤੋਂ ਬਾਅਦ ਹੁਣ ਸੈਕੰਡਲ ਰੋਜ਼ ਨਿਕਲਦੇ ਹੀ ਨੇ ਪਹਿਲਾਂ ਤਾਂ ਉਹ ਪਹਿਲਾਂ ਤਾਂ ਉਹ ਹੀ ਸੈਕੰਡਲ ਸੀ ਨਾ ਵੱਡਾ ਕਿ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਬਣਾਇਆ ਹਾਂਜੀ ਟੈਂਟ ਲਾਉਣ ਨੂੰ ਟੈਂਟ ਤੇ ਕਿੰਨੇ ਲੱਗੇ ਤੇ ਲੇਕਿਨ ਹੁਣ ਤਾਂ ਰੋਜ਼ ਨਿਕਲਦਾ ਕਦੇ ਅਰੰਧਪੁਰ ਸਾਹਿਬ ਨਿਕਲਿਆ ਕਿ ਸਬਜੀ 15 12 18 ਰੱਖਦੀ ਖਾ ਗਏ ਤੇ ਔਰ ਉਹ ਵੀ ਲੋਕਡਾਊਨ ਚ ਤੇ ਅਜ ਮੇ ਹੁਣ ਹੁਣ ਮੁਖਤਰ ਸਾਹਿਬ ਤੋਂ ਨਿਕਲਿਆ ਆ ਹਰ ਰੋਜ਼ ਕੋਈ ਨਾ ਕੋਈ ਸਕੈਂਡਲ ਨਿਕਲਦਾ ਹੈ ਇਸ ਕਰਕੇ ਉਹਨੂੰ ਸਾਫ਼ ਕਰਨਾ ਉਹਦੇ ਚ ਜਿੱਤ ਪ੍ਰਾਪਤ ਸਾਡੀ ਹਰ ਹਾਲਤ ਹੋਊਗੀ ਕਿਉਂਕਿ ਲੋਕ ਦੁਖੀ ਨੇ ਉਹ ਚਾਹੁੰਦੇ ਨੇ ਜਲਦੀ ਇਲੈਕਸ਼ਨ ਹੋਵੇ ਤੇ ਉਹ ਲੋਕ ਇਹਨਾਂ ਤੋਂ ਬਦਲਾ ਲੈ ਲੈਣ ਇਹਦੇ ਨਾਲ ਹੀ ਹਰਿਆਣੇ ਦੇ ਸਿੱਖ ਵੀ ਇਸ ਗੱਲ ਨੂੰ ਲੈ ਕੇ ਪ੍ਰੋਟੈਸਟ ਕਰ ਰਿਹਾ ਰੌਲਾ ਪਾਉਂਦੇ ਆ ਵੀ ਹਰਿਆਣੇ ਤੋਂ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਮਾਇਆ ਇਕੱਠੀ ਹੁੰਦੀ ਹੈ ਇਹ ਉੱਥੇ ਨਹੀਂ ਖਰਚੀ ਜਾਂਦੀ ਪੰਜਾਬ 'ਚ ਲਿਆਉਂਦੇ ਦੇਖੋ ਇੱਕ ਵਾਰੀ ਮੇਰੇ ਯਾਦ ਆ ਕਿ ਬੀਬੀ ਭਿੰਦਰਜਿਤ ਕੌਰ ਵੀ ਵਿੱਚ ਸੀ ਕਿ ਮੈਂ ਵੀ ਸੀ ਅਸੀਂ ਪੈ ਕੇ ਇੱਕ ਗੱਲ ਮੰਨ ਕੇ ਸੀ ਸ਼ੁਰੂ ਉੱਤੇ ਜਿਹੜੇ ਕਮੇਟੀ ਦੇ ਮੈਂਬਰ ਨੇ ਉਹ ਕਹਿੰਦੇ ਸਾਨੂੰ ਅਲੈਦਾ ਬਜਟ ਸਾਨੂੰ ਕਰਦੇ ਹੋ ਸਾਡੀ ਕਮੇਟੀ ਦਾ ਕਿ ਚੇਅਰਮੈਨ ਐਸਜੀਪੀ ਦਾ ਚੇਅਰਮੈਨ ਹੀ ਪ੍ਰਧਾਨ ਨਹੀਂ ਰਹੇ ਤੇ ਲੇਕਿਨ ਸਾਡੇ ਮੈਂਬਰ ਨੇ ਜਿਹੜੇ 7 ਜਾਂ 9 ਉਹ ਉਹੀ ਇਸ ਉਹਦੇ ਚੋਂ ਭਾਗ ਬਜਟ ਪਾਸ ਕਰਨ ਤੇ ਮੇਨ ਬਜਟ ਚੋਂ ਪਾਸ ਹੋਵੇ ਤੇ ਲੇਕਿਨ ਬਕਾਇਦਾ ਤਿਆਰੀ ਕਰਕੇ ਉਸ ਤੋਂ ਬਾਅਦ ਫਿਰ 반ਤਾ ਮੁਕਰ ਗਏ ਕੱਲ ਜਿਹੜੇ ਹਰਿਆਣਾ ਦੇ ਅਕਾਲੀ ਆਗੂ ਨੇ ਜੀ ਦਰ ਸਿੰਘ ਨਲਵੀ ਉਹ ਸਾਡੇ ਨਾਲ ਇੰਟਰਵਿਊ ਚ ਆਏ ਸੀਗੇ ਉਹਨਾਂ ਕਹਿੰਦੇ ਵੀ ਸੁਪਰੀਮ ਕੋਰਟ ਨੇ ਵੀ ਇੱਕ ਆਰਡਰ ਕੀਤਾ ਉਹਨਾਂ ਕਹਿੰਦੇ ਵੀ ਇੱਕ ਹਰਿਆਣੇ ਦਾ ਵੱਖਰਾ ਦੋਨੇ ਕਮੇਟੀਆਂ ਵੱਖੋ ਵੱਖਰਾ ਆਪਣਾ ਅਕਾਊਂਟ ਖਲੋਣ ਖਾਤੇ ਖਲੋਣ ਪਰ ਜਿਹੜਾ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਅੰਮ੍ਰਿਤਸਰ ਉਹਨੇ ਵੱਖਰਾ ਖਾਤਾ ਨਹੀਂ ਖਲਵਾਇਆ ਤੇ ਸਿੱਧੀ ਉਲੰਘਣਾ ਕੀਤੀ ਹੈ ਅਸੀਂ ਇਹਨੂੰ ਸੁਪਰੀਮ ਕੋਰਟ ਚ ਚੈਲੰਜ ਕਰਾਂਗੇ ਨਹੀਂ ਉਹ ਤਾਂ ਠੀਕ ਹੈ ਉਹਨਾਂ ਦਾ ਹੱਕ ਹੈ ਕਰਨਗੇ ਬੱਸੀ ਗੱਲ ਹੈ ਕਿਉਂਕਿ ਅਗਲੇ ਨੇ ਆਪਣੇ ਹੱਕਾਂ ਲਈ ਲੜਨਾ ਹੈ ਜ਼ਰੂਰ ਲੜਨੇ ਚਾਹੀਦਾ ਤੇ ਇਸ ਤੋਂ ਇਲਾਵਾ ਵੀ 65 ਕਰੋੜ ਰੁਪਈਆ ਜਿਹੜਾ ਕਾਲਜ ਹੈ ਮੈਡੀਕਲ ਕਾਲਜ ਬਣਿਆ ਮੇਰੀ ਪੀਰੀ ਮੇਰੀ ਪੀਰੀ ਕਾਲਜ ਹਾਂ ਸ਼ਹਾਬਾਜ਼ ਮਾਰਕੰਡੇ ਉਹ ਅਜੇ ਤੱਕ ਉਹਦੇ ਚ ਇੱਕ ਸਬਾਏ ਬਿਰਕ ਤੋਂ ਬਿਨਾ ਕੋਈ ਉਹਦੇ ਚ ਟਰਸਟੀ ਨਹੀਂ ਹੈ ਬਾਲ ਸਾਹਿਬ ਹੀ ਸਾਰਾ ਕੁਝ ਉਹਦੇ ਜੱਗ ਗਿਆ ਪਰ ਹੁਣ ਮੈਨੂੰ ਅਖਬਾਰਾਂ ਚ ਪੜਿਆ ਸੀ ਕਿ ਉਹਨਾਂ ਨੇ ਪਹਿਲਾਂ ਤਾਂ ਸਾਰਾ ਕੁਝ ਜਾਇਦਾਦ ਹੀ ਉਹਨਾਂ ਦੇ ਨਾਂ ਹੋ ਗਈ ਸੀ ਤੇ ਹੁਣ ਕਹਿੰਦੇ ਉਹਨਾਂ ਨੇ ਵਾਪਸ ਕਰਤੀ ਪਤਨ ਕਰਤੀ ਕਿ ਨਹੀਂ ਪਰ ਅਖਬਾਰ ਚ ਮੈਂ ਪੜ੍ਹਿਆ ਸੀਗਾ ਤੇ ਹੁਣ ਜੇ ਹਜੇ ਕੋਈ ਹੋਵੇ ਤਾਰਾਨੇ ਦੇ ਸਿੱਖ ਪ੍ਰੋਟੈਸਟ ਕਰਨ ਕੀ ਕਰਨਗੇ ਅੱਛਾ ਅਸੀਂ ਵਾਪਸ ਪੰਜਾਬ ਆਉਨੇ ਮਤਲਬ ਅਗਲੀਆਂ ਚੋਣਾਂ ਚ ਡੇਢ ਸਾਲ ਦਾ ਸਮਾਂ ਰਹਿ ਗਿਆ ਕੀ ਨਵਾਂ ਢਾਂਚਾ ਤੁਸੀਂ ਅੱਜ ਪ੍ਰਧਾਨ ਬਣੇ ਬਾਕੀ ਢਾਂਚਾ ਕਿਵੇਂ ਬਣੇਗਾ ਸਾਡਾ ਪਹਿਲਾਂ ਤਾਂ ਇਹ ਹੈ ਕਿ ਅਸੀਂ ਜਿੰਨੇ ਵੀ ਗਰੁੱਪ ਬਣੇ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਆਓ ਇਕੱਠੇ ਹੋਈਏ ਅੱਛਾ ਇਕੱਠੇ ਹੋ ਕੇ ਪਹਿਲਾਂ ਆਪਣੀ ਪਾਰਟੀ ਦਾ ਤਾਕਤ ਬਣਾਵਾਂਗੇ ਅੱਛਾ ਉਸ ਤੋਂ ਬਾਅਦ ਜਦੋਂ ਲਖਣਾਉਣ ਗਿਆ ਫਿਰ ਦੇਖਾਂਗੇ ਵੀ ਕਿਸੇ ਨਾਲ ਕਿਹਦੇ ਨਾਲ ਸਮਝੌਤੇ ਦੇ ਚਾਂਸ ਹੋ ਸਕਦੇ ਆ ਕਾਂਗਰਸ ਨੂੰ ਛੱਡ ਕੇ ਔਰ ਸ਼ਰੂਮ ਨਹੀਂ ਅਕਾਲੀ ਦਲ ਨੂੰ ਛੱਡ ਕੇ ਟਕਸਾਲੀ ਅਕਾਲੀ ਦਲ ਨਾਲ ਕੀ ਰਿਸ਼ਤਾ ਹੋਏਗਾ ਦੇਖੋ ਟਕਸਾਲੀ ਅਕਾਲੀ ਦਲ ਦੇਖੋ ਮੈਂ ਸਮਝਦਾ ਮੇਰੇ ਭਰਾ ਨੇ ਬੜੀ ਧਿਰ ਲੰਮਾ ਸੀ ਕੰਮ ਕੀਤਾ ਬਰਨਪੁਰਾ ਜੀ ਨਾਲ ਉਹਨਾਂ ਦੇ ਸਾਰੀ ਕੋਰ ਕਮੇਟੀ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਜੀ ਸਾਨੂੰ ਉਹਨਾਂ ਨਾਲ ਮਿਲਣਾ ਚਾਹੀਦਾ ਹੈ ਉਹ ਕੱਲੇ ਹੀ ਪਤਾ ਨਹੀਂ ਕਿਉਂ ਡੇ ਰਹੇ ਮੈਂ ਅੱਜ ਵੀ ਬੇਨਤੀ ਕਰਨਾ ਚਾਹੁੰਨਾ ਅੱਜ ਉਹਨਾਂ ਦੇ ਇੱਕ ਹੋਰ ਕਮੇਟੀ ਤੇ ਸਾਰੇ ਮੈਂਬਰ ਚਲੇ ਗਏ ਸੀ ਸਾਡੇ ਔਰ ਸੇਖਮੰਦ ਸਾਹਿਬ ਨੇ ਤਾਂ ਸੈਕੰਡ ਵੀ ਕੀਤਾ ਮੇਰੇ ਨਾਮ ਨੂੰ ਹਾਂਜੀ ਹਾਂਜੀ ਤਾਂ ਨਾਂ ਤੇ ਇਸ ਕਰਕੇ ਮੈਂ ਫੇਰ ਇੱਕ ਵਾਰੀ ਉਹਨਾਂ ਨੂੰ ਬੇਨਤੀ ਕਰਾਂਗਾ ਜੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਹੈ ਤਾਂ ਆਪਾਂ ਸਾਰੇ ਅਸੀਂ ਸਾਰੇ ਇਕੱਠੇ ਹੋ ਕੇ ਅਕਾਲ ਤਖਤ ਸਾਹਿਬ ਤੋਂ ਮਾਫੀ ਮੰਗ ਲੈਣੇ ਔਰ ਅਸੀਂ ਇੱਕ ਕਹਿ ਸਕਦੇ ਆ ਕਿ ਅਕਾਲ ਤਖਤ ਸਾਹਿਬ ਤੋਂ ਫੇਰ ਕਹਿ ਕੇ ਕਿ ਅਸੀਂ ਮਰਜ਼ ਹੋ ਰਹੇ ਹਾਂ ਤੇ ਇੱਕ ਇਕੱਲੀ ਦਲ ਬਣਾ ਰਹੇ ਹਾਂ ਕਿਸ ਗੱਲ ਦੀ ਮਾਫੀ ਦਾ ਜਿਹੜਾ ਤੂੰ ਨਹੀਂ ਉਹ ਕਹਿੰਦੇ ਸੀ ਵੀ ਮੈਂ ਕੱਲ ਤੱਕ ਸਭ ਤੋਂ ਅਰਦਾਸ ਕਰਕੇ ਪਾਰਟੀ ਬਣਾਈ ਹੈ ਅੱਛਾ ਅੱਛਾ ਇੱਥੇ ਬਰਦਰਸ ਕੋਲ ਐਨੇ ਅਸੀਂ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਮਿਲਾਂਗੇ ਤੋ ਬਾਅਦ ਤੁਹਾਡਾ ਫਿਰ ਸਵਾਗਤ ਹੈ ਅਸੀਂ ਸਰਦਾਰ ਸੁਖਦੇਵ ਸਿੰਘ ਢੀਂਡਸਾ ਨਾਲ ਗੱਲਬਾਤ ਕਰ ਰਹੇ ਹਾਂ ਉਹਨਾਂ ਨੂੰ ਤੋਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਉਹ ਅਗਲਾ ਜਿਹੜਾ ਆਪਣਾ ਅਕਾਲੀ ਦਲ ਆ ਉਹਨੂੰ ਬਣਾਉਣ ਬਣਾਉਣ ਦੇ ਲਈ ਅੱਗੇ ਵਧ ਰਿਹਾ ਅਸੀਂ ਢੀਂਡਸਾ ਸਾਹਿਬ ਕੀ ਹੋਰ ਮੁੱਦੇ ਕੀ ਨੇ ਜਿਹੜਾ ਇੱਕ ਤਾਂ ਐ ਜੀ ਪੀ ਸੀ ਹੋ ਗਿਆ ਇੱਕ ਪੰਜ ਹਾਂਜੀ ਹੋਰ ਮੁੱਦੇ ਕੀ ਨੇ ਮੁੱਦੇ ਪੰਜਾਬ ਦੇ ਸਾਰੇ ਮੁੱਦੇ ਨੂੰ ਅਸੀਂ ਅੱਜ ਮੈਂ ਬੜੇ ਲੰਮੇ ਚੌੜੇ ਤਰੀਕੇ ਨਾਲ ਪਾਰਟੀ ਦਾ ਦਿੱਤਾ ਕਿ ਯੂਥ ਦਾ ਜਿਵੇਂ ਯੂਥ ਦਾ ਵੀ ਗੱਲ ਕਰੀਏ ਯੂਥ ਵਿਚਾਰਾ ਬੇਰੁਜ਼ਗਾਰ ਹੋ ਗਿਆ ਕੁਝ ਬਾਹਰ ਚਲੇ ਗਿਆ ਕਿਸੇ ਕੋਈ ਨਸ਼ਾ ਚਲੇ ਗਿਆ ਨਸ਼ਾ ਨੇ ਕਹਿੰਦੀ ਬੰਦ ਕੈਪਟਨ ਸਾਹਿਬ ਨੇ ਉਹ ਨਹੀਂ ਬੰਦ ਹੋਏ ਪਰ ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਖਾਸ ਕਰਕੇ ਟੀਚਰਾਂ ਦਾ ਹੋਇਆ ਉਹਨਾਂ ਦੀ ਅਸੀਂ ਕਹਿ ਵੀ ਹੈ ਖਾਸ ਕਰਕੇ ਕਿਸਾਨਾਂ ਦੀ ਵੀ ਕਰਿਆ ਸੀ ਕਿ ਕਿਸਾਨਾਂ ਦੀ ਲੜਾਈ ਅਸੀਂ ਲੜਾਂਗੇ ਹਰ ਹਾਲਤ 'ਚ ਉਹਨਾਂ ਨਾਲ ਸਾਥ ਦੇਵਾਂਗੇ ਕਿਸਾਨਾਂ ਦੇ ਜਿਹੜੇ 4 ਮੁੱਦੇ ਨੇ ਜੀ ਇਸ ਵੇਲੇ ਕੇਂਦਰ ਸਰਕਾਰ ਨੇ 3 ਆਰਡੀਨੈਂਸ ਜਾਰੀ ਕੀਤੇ ਨੇ ਉਹ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਦੀ ਜਿੰਦ-ਮੌਤ ਦਾ ਸਵਾਲ ਬਣ ਗਿਆ ਉਹਦੇ ਨਾਲ ਹੀ ਇੱਕ ਬਿਜਲੀ ਐਕਟ 2020 ਲਿਆਉਣ ਦੀ ਤਿਆਰੀ ਹੈਗੀ ਉਹਨਾਂ ਦੇ ਉੱਪਰ ਤੁਹਾਡਾ ਕੀ ਹੋਏਗਾ ਅਸੀਂ ਜੋ ਵੀ ਕਿਸਾਨਾਂ ਦੇ ਖਿਲਾਫ ਹੋਏਗਾ ਪੰਜਾਬ ਦੇ ਕਿਸਾਨ ਦੇ ਖਿਲਾਫ ਅਸੀਂ ਪੂਰੀ ਡਟ ਕੇ ਉਹਦੀ ਮੁਖਾਲਫਤ ਕਰਾਂਗੇ ਚਾਹੇ ਸੈਂਟਰ ਸਰਕਾਰ ਕੋਈ ਆਰਡੀਨੈਂਸ ਲਿਆਵੇ ਕੁਝ ਕਰੇ ਔਰ ਉਹਨਾਂ ਦਾ ਸਾਥ ਪੂਰਾ ਦੇਵਾਂਗੇ ਜਿੱਥੇ ਕਹਿਣਗੇ ਉਹਨਾਂ ਨਾਲ ਖੜ ਕੇ ਲੜਾਂਗੇ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਇਹ ਸਿੱਧਾ ਸਿੱਧਾ ਸੰਗੀ ਟਾਚੇ ਦੇ ਉੱਪਰ ਹਮਲਾ ਹੈ ਤੁਸੀਂ ਕੀ ਸਮਝਦੇ ਆ ਤੇ ਤੁਹਾਡਾ ਇਹ ਵੀ ਦਿੱਤਾ ਹੈ ਕਿ ਸੰਗੀ ਟਾਚੇ ਨੂੰ ਅਸੀਂ ਮਜ਼ਬੂਤ ਕਰਨ ਲਈ ਬਜਨ ਵਧਾਉਂਦਾ ਔਰ ਨਾਲ ਇਹ ਹੈ ਕਿ ਮੋਰ ਪਾਵਰ ਟੂ ਦੀ ਸਟੇਟਸ ਉਹ ਕਿਉਂਕਿ ਅਗਲੇ ਪ੍ਰੋਗਰਾਮ ਅਸੀਂ ਕੀ ਕੀ ਲੈਣਾ ਉਹ ਸਾਰਾ ਕੁਝ ਦੇਖਾਂਗੇ ਆਪਦੇ ਕਨਸਟੀਟਿਊਸ਼ਨ ਚ ਪਾਵਾਂਗੇ ਤੇ ਲੇਕਿਨ ਇਹਦੇ ਚ ਅੱਜ ਅਸੀਂ ਵਾਦਾ ਕੀਤਾ ਲੋਕਾਂ ਨਾਲ ਕਿ ਸੰਗੀ ਢਾਂਚਾ ਔਰ ਮੋਰ ਪਾਵਰ ਟੂ ਦੀ ਸਟੇਟਸ ਲਈ ਸਾਡਾ ਅਸੀਂ ਵਚਨਬੱਧਾ ਕਿ ਉਹਨਾਂ ਨਹੀਂ ਮੋਰ ਪਾਵਰ ਹੋਰ ਸੂਬਿਆਂ ਨੂੰ ਵਾਅਦਾਦਾਰ ਆਨੰਦਪੁਰ ਸਾਹਿਬ ਦਾ ਮਤਾ ਜਾਂ ਸਰਕਾਰੀਆ ਕਮਿਸ਼ਨ ਦੀ ਇੱਕ ਰਿਪੋਰਟ ਸੀਗੀ ਉਹਦੇ ਮੁਤਾਬਕ ਦੇਖੋ ਇਹ ਤਾਂ ਮੈਂ ਪਾਰਟੀ ਨੇ ਫੈਸਲਾ ਕਰਨਾ ਹੈ ਕਿ ਆਨੰਦਪੁਰ ਸਾਹਿਬ ਦਾ ਮਤੇਜ ਵੀ ਕੁਝ ਨਹੀਂ ਹੈ ਉਹ ਵੀ ਬਦਨਾਮ ਕਰ ਲਈ ਕੀਤਾ ਗਿਆ ਸੀ ਪਰ ਮੈਂ ਅੱਜ ਇੱਕ ਮਿੰਟ ਇਸ ਕਰਕੇ ਨਹੀਂ ਕਰਦਾ ਕਿਉਂਕਿ ਕਨਸਟੀਚਿਊਸ਼ਨ ਕਮੇਟੀ ਬਣਨੀ ਆ ਜੀ ਅੱਛਾ ਜੀ ਔਰ ਉਹਨੇ ਕਨਸਟੀਚਿਊਸ਼ਨ ਸਾਰੇ ਪੁਰਾਣੇ ਦੇਖ ਕੇ ਉਹਦੇ ਮੁਤਾਬਿਕ ਕਨਸਟੀਚਿਊਸ਼ਨ ਬਣਾਉਣਾ ਤੇ ਪਾਣੀਆਂ ਦੇ ਮੁੱਦੇ ਤੇ ਉੱਪਰ ਕੀ ਰਹੇਗਾ ਤੁਹਾਡਾ ਸਾਡਾ ਪਾਣੀਆਂ ਦੀ ਪੰਜਾਬ ਲਈ ਲੜਾਂਗੇ ਜੀ ਮੈਂ ਕਿਹਾ ਵੀ ਕਿਸਾਨੀ ਦਾ ਕੋਈ ਮੁੱਦਾ ਹੈ ਅੱਛਾ ਜੀ ਅਸੀਂ ਹਰੇਕ ਹਰੇਕ ਮੁੱਦੇ ਲਈ ਲੜਾਂਗੇ ਇਹ ਕੇਂਦਰ ਸਰਕਾਰ ਨੇ ਇੱਕ ਕਹਿ ਸੀ ਵੀ ਅਸੀਂ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਾਂਗੇ ਉਹ ਮੈਨੂੰ ਤਾਂ ਲੱਗਦਾ ਨਹੀਂਗਾ ਜੇ ਤਿੰਨ ਆਰਡੀਨੈਂਸ ਤੋਂ ਬਾਅਦ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜੇਗੀ ਸਗੋ ਇਹਦੇ ਨਾਲ ਤਿੰਨ ਆਰਡੀਨੈਂਸ ਦੇ ਨਾਲ ਤਾਂ ਜਿਹੜੇ ਇਹ ਜਿਹੜਾ ਸਾਡੇ ਰੂਰਲ ਡਿਵੈਲਪਮੈਂਟ ਫੰਡ ਇਕੱਠਾ ਹੁੰਦਾ ਮਾਰਕੀਟ ਫੀਸ ਇਕੱਠੀ ਹੁੰਦੀ ਹੈ ਕੁਝ 3700 ਕਰੋੜ ਉਹ ਵੀ ਨਹੀਂ ਜਮਾ ਹੋਏਗੀ ਤੇ ਇਹਦੇ ਨਾਲ ਜਿਹੜੀਆਂ ਲਿੰਕ ਸੜਕਾਂ ਉਹਨਾਂ ਦਾ ਵੀ ਮਾਮਲਾ ਵਿਗੜ ਜਾਏਗਾ ਮੈਂ ਖੁਦ ਇਸ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਕਿ ਜਿੰਨੀ ਦੇਰ ਉਹਨਾਂ ਦੀ ਉਹ ਕਹਿੰਦੀ ਤਾਂ ਸਰਕਾਰ ਚੰਗੀ ਗੱਲ ਹੈ ਉਹ ਤਾਂ ਚੰਗੀ ਵੀ ਲੱਗੀ ਕਿ ਦਰ ਤਨਖਾਹ ਹੋ ਜਾਏਗੀ ਹੋ ਸਕਦਾ ਹੈ ਪੰਜਾਬ ਦੇ ਕਿਸਾਨ ਨੂੰ ਛੱਡ ਕੇ ਕਿਤੇ ਹੋਰ ਦੀ ਹੋ ਜਾਵੇ ਮੈਨੂੰ ਕਿਹਾ ਸਕਦਾ ਪਰ ਕਿਸਾਨ ਪੰਜਾਬ ਦਾ ਤੇ ਹਰਿਆਣੇ ਦਾ ਕਿਸਾਨ ਮੈਨੂੰ ਇਹ ਲੱਗਦਾ ਵੀ ਆਰਡੀਨੈਂਸ ਨਾਲ ਬਹੁਤ ਘਾਟੇ ਚਲੇ ਜਾਏਗਾ ਤੇ ਇਹਦੇ ਨਾਲ ਕੋਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਇਕੱਠੇ ਨੇ ਕਾਂਗਰਸ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦਾ ਵੀ ਅਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਲੜਾਂਗੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਇਹੀ ਗੱਲ ਕਹਿੰਦੇ ਨੇ ਪਰ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦਾ ਇਹਦੇ ਉੱਪਰ ਵੱਖਰਾ ਸਟੈਂਡ ਆ ਉਹ ਕਹਿੰਦੇ ਜੀ ਘਟੋ ਘਟ ਪਾ ਤਾਂ ਮਿਲਦੀ ਹੀ ਰਹਿਣਗੇ ਇਸ ਕਰਕੇ ਇਹਦੇ ਖਿਲਾਫ ਉਸ ਕਿਸਮ ਦੀ ਲੜਾਈ ਨਾ ਹੀ ਹੋਰ ਕੋਈ ਗੱਲ ਕਰਨ ਦੀ ਤਿਆਰ ਹੋ ਇਹਦੇ ਬਾਰੇ ਤਾਂ ਡੱਕਣ ਇਹ ਤਾਂ ਮੈਂ ਉਹਨਾਂ ਬਾਰੇ ਕੀ ਕਹਦਾ ਉਹ ਤਾਂ ਕੁਰਸੀ ਬਚਾਉਣ ਲਈ ਹੈ ਉਹਦਾ ਹੋਰ ਕੁਝ ਨਹੀਂ ਹੈ ਤੇ ਲੇਕਿਨ ਅਸੀਂ ਵਜਨ ਵਧਾ ਕਿ ਜੋ ਪੰਜਾਬ ਦੇ ਕਿਸਾਨ ਦੇ ਖਿਲਾਫ ਕੋਈ ਗੱਲ ਹੈਗੀ ਅਸੀਂ ਉਹਨਾਂ ਦੇ ਕਿਸਾਨਾਂ ਦੇ ਹੱਕ ਚ ਲੜਾਂਗੇ ਪਰ ਅਕਾਲੀ ਦਲ ਦੀ ਇਹ ਖਾਸੀਅਤ ਹੈ ਇੱਕ ਤਾਂ ਧਰਮ ਦਾ ਖੇਤਰ ਹੈਗਾ ਉਹਦੇ ਚ ਵੀ ਪਿਛਲੇ ਸਮੇਂ ਚ ਜਿਹੜੀ ਬੇਅਦਬੀ ਹੋਈ ਉਹ ਉਹਦੇ ਨਾਲ ਲੋ ਜਿਹੜੇ ਸਿੱਖ ਆ ਉਹ ਆਪਣੇ ਆਪ ਨੂੰ ਕਟਿਆ ਮਹਿਸੂਸ ਕਰਦੇ ਆ ਤੇ ਉਸ ਦੇ ਨਾਲ ਦੂਜਾ ਮਾਮਲਾ ਜਿਹੜਾ ਕਿਸਾਨੀ ਹੈ ਜੇ ਦੋਨੇ ਮਾਮਲੇ ਨਹੀਂ ਅਕਾਲੀ ਦਲ ਜਿਹੜਾ ਬਾਦਲ ਅਕਾਲੀ ਦਲ ਉਹ ਨਹੀਂ ਕਰਦਾ ਤਾਂ ਫਿਰ ਉਹਨਾਂ ਦੀ ਕੀ ਸੀ ਰਹੇਗੀ ਕਿਸਾਨੀ ਨੇ ਇਸੇ ਕਰਕੇ ਸਾਰੀ ਦੁਨੀਆ ਦੁਖੀ ਆ ਨਾ ਉਹਨਾਂ ਨਾਲ ਕੋਈ ਕਿਸਾਨ ਹੈ ਨਾ ਕੋਈ ਵਪਾਰੀ ਹੈ ਨਾ ਉਹਨਾਂ ਨਾਲ ਕੋਈ ਨੌਜਵਾਨ ਹੈ ਉਹਨਾਂ ਨਾਲ ਕੋਈ ਹੌਲੀ ਹੌਲੀ ਛੱਡ ਕੇ ਸਾਰੇ ਉਹਨਾਂ ਨੂੰ ਆਗੇ ਤੁਸੀਂ ਥੋੜੀ ਦੇ ਦਿਓ ਸਾਨੂੰ ਟਾਈਮ ਤੇ ਉਹਨਾਂ ਦੇ ਸਾਰੇ ਤੁਹਾਨੂੰ ਪਜਦੇ ਬੰਦੇ ਦਿਖਾਵਾਂਗੇ ਕਿ ਉਹ ਵਿਚਾਰੇ ਕਿਵੇਂ ਫਸੇ ਬੈਠੇ ਨੇ ਅਜੇ ਤੇ ਬਖਤਾਏਗਾ ਉਹ ਸਾਰੇ ਆਉਣਗੇ ਸਾਡੇ ਨਾਲ ਸਾਨੂੰ ਤੇ ਮੈਨ ਲੱਗਦਾ ਹੈ ਵੀ ਇਹਨਾਂ ਦੋਨਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਬਹੁਤ ਨਿਖੜ ਜਾਏਗਾ ਜਿਹੜਾ ਬਦਲ ਅਕਾਲੀ ਦਲ ਦਾ ਖਾਸ ਤੌਰ ਤੇ ਉਹ ਵੈਸੀ ਉਖੜਿਆ ਪਿਆ ਸਾਰਾ ਵੈਸੀ ਉਖੜਿਆ ਪਿਆ ਤੇ ਉਹਦੇ ਨਾਲ ਤਾਂ ਹੋਰ ਉਖੜ ਜਾਏਗਾ ਜਿਹੜੀ ਰਹਿੰਦੀ ਖੁੱਦੀ ਕੋਈ ਹੈਗੀ ਉਹ ਵੀ ਨਿਕਲ ਜਾਏਗੀ ਉਹਦੀ ਇਸੇ ਨਾਲ ਹੀ ਅਕਾਲੀ ਦਲ ਕਹਿੰਦਾ ਵੀ ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਜਿਹੜਾ ਸਾਡਾ ਨਾਮ ਵਰਤਿਆ ਉਹਦੇ ਖਿਲਾਫ ਅਸੀਂ ਕੇਸ ਕਰਾਂਗੇ ਕੀ ਇਹ ਤੁਹਾਡਾ ਕਹਿਣਾ ਉਹ ਤਾਂ ਸ਼ਰਮ ਨਹੀਂ ਅਕਾਲੀ ਦਲ ਬਦਲ ਹੈ ਅੱਛਾ ਅਸੀਂ ਕੱਲਾ ਸ਼ਰੂਮਨੀ ਇਕਾਲੀ ਦਲ ਨੰਬਰ 2 ਸ਼ਰੂਮਨੀ ਇਕਾਲੀ ਦਲ ਉਹਨਾਂ ਨੇ ਪਹਿਲਾਂ ਸਾਨੂੰ ਕੱਢਿਆ ਮੈਨੂੰ ਤੇ ਪ੍ਰਵਿੰਦਰ ਨੂੰ ਹਾਂਜੀ ਤੇ ਉਸ ਤੋਂ ਬਾਅਦ 23 ਤਾਰੀਖ ਦੀ ਜਿਹੜੀ ਅੱਲੀ ਗਏ ਸੀ ਕੱਢਿਆ ਉਹਨਾਂ ਨੂੰ ਹਾਂਜੀ ਉਹਦੇ ਅੱਜ ਮੁਰ ਲਾਈ ਔਰ ਉਹਨਾਂ ਨੂੰ ਹਟਾਇਆ ਹੋਇਆ ਪ੍ਰਧਾਨਗੀ ਤੋਂ ਉਹਦੀ ਥਾਂ ਤੇ ਮੈਨੂੰ ਉਹਨਾਂ ਨੇ ਚੁਣਿਆ ਅੱਛਾ ਤੁਹਾਡੇ ਨਾਲ ਕਿਹੜੇ ਹੋਰ ਆਗੂ ਵੱਡੇ ਜਿਹੜੇ ਦੂਜੇ ਪਾਸੇ ਆਏ ਜੀ ਇਹ ਅੱਜ ਨਹੀਂ ਅੱਜ 43 ਦੇ ਸਾਰੇ ਚਾਰੇ ਜਿਹੜੇ ਕੋਰ ਕਮੇਟੀ ਦੇ ਮੈਂਬਰ ਨੇ ਪ੍ਰਧਾਨ ਸਾਹਿਬ ਨੂੰ ਛੱਡ ਕੇ ਸਾਰੇ ਆਏ ਸੀਗੇ ਚਾਰੇ ਸਤਜੀ ਬਿਦਵਿੰਦਰ ਸਿੰਘ ਸੀ ਸੇਖਵਾਨ ਸਾਹਿਬ ਸੀ ਔਰ ਬੱਬੀ ਬਾਦਲ ਸੀ ਜਹਦੜ ਬਡਾਲੀ ਸੀ ਔਰ ਇਸ ਤੋਂ ਇਲਾਵਾ ਜਹਦਤ ਸਰ ਬਲਵੰਤ ਸਿੰਘ ਰਾਮੂ ਵਾਲੀਆ ਸੀ ਔਰ ਆਪਣੇ ਜੀਕੇ ਸੀ ਮਨਜੀਤ ਸਿੰਘ ਜੀਕੇ ਦਿੱਲੀ ਤੋਂ ਔਰ ਨਲਵੀ ਸਾਹਿਬ ਵੀ ਸੀਗੇ ਹਰਿਆਣੇ ਤੋਂ ਔਰ ਹੋਰ ਵੀ ਸਾਰੇ ਪੰਜਾਬ ਚੋਂ ਤਾਂ ਲੀਡਰ ਸਾਡੇ ਆਏ ਸੀਗੇ ਇਤੋਂ ਇਹ علاوہ ਕੀ ਵਿਚਾਰਾ ਹੋਇਆ ਮਤਲਬ ਜਦੋਂ ਸਾਨੂੰ ਕਿਹਾ ਵੀ 15 16 ਮੁੱਦੇ ਸੀ ਅਸੀਂ 6 7 ਦੀ ਗੱਲ ਕਰ ਚੁੱਕੇ ਹਾਂ ਹੋਰ ਮੁੱਦੇ ਕਿਹੜੇ ਸੀ ਹੋਰ ਮੁੱਦੇ ਤੁਹਾਨੂੰ ਅਸੀਂ ਲਿਖ ਕੇ ਭੇਜ ਦਿਆਂਗੇ ਉਹਦੇ ਚ ਲਿਖ ਲਿਓ ਅਸੀਂ ਸਾਰੇ ਮੁੱਦੇ ਉਹਦੇ ਚ ਲਿਨ ਰਾਈਟਿੰਗ ਦਿੱਤੇ ਨੇ ਤੇ ਅੱਜ ਤੁਹਾਨੂੰ ਹੁਣੀ ਦੇ ਦਾਂਗੇ ਉਹ ਲੈ ਜਾਓ ਉਹਦੇ ਚ ਕਰ ਦੇਾਂਗੇ ਕਿਉਂਕਿ ਹੁਣ ਟਾਈਮ ਵੀ ਥੋੜਾ ਮੇਰੇ ਕੋਲ ਤੇ ਉਹ ਤੁਸੀਂ ਉਹਦੇ ਕਰ ਲਓ ਪੰਜਾਬ ਦਾ ਨੌਜਵਾਨ ਜਿਹੜਾ ਉਹ ਵਿਦੇਸ਼ਾਂ ਨੂੰ ਭੱਜਦਾ ਹਰ ਸਾਲ 1.5 2 ਲੱਖ ਨੌਜਵਾਨ ਪੰਜਾਬ ਛੱਡ ਕੇ ਜਾ ਰਹੇ ਆ ਉਨ ਨੌਜਵਾਨਾਂ ਬਾਰੇ ਕੀ ਨੀਤੀ ਹੋਏਗੀ ਤੁਹਾਡੀ ਅਸੀਂ ਨੌਜਵਾਨਾਂ ਲਈ ਸਭ ਤੋਂ ਵੱਡੀ ਨੀਤੀ ਹੈ ਕਿ ਨੌਜਵਾਨਾਂ ਨੂੰ ਅਸੀਂ ਉਹਨਾਂ ਨਾਲ ਖੜੇ ਹਾਂ ਤੇ ਉਹਨਾਂ ਨੂੰ ਸਾਰਿਆਂ ਨੂੰ ਤਿਆਰ ਕਰਕੇ ਕਿ ਆਓ ਤੁਸੀਂ ਆਪਦਾ ਪੰਜਾਬ ਸੰਭਾਲੋ ਅਸੀਂ ਤੁਹਾਡੇ ਨਾਲ ਆ ਉਹਦੇ ਨਾਲ ਕਰਾਂਗੇ ਅਸੀਂ ਪ੍ਰਵਾਸੀਆਂ ਲਈ ਜੇ ਪੰਜਾਬ ਤੋਂ ਬਾਹਰ ਵੱਸਦੇ ਨੇ ਜਿਹੜੇ ਤੇ ਬਾਹਰ ਦੁਨੀਆ 'ਚ ਵੱਸਦੇ ਨੇ ਜਿਨ੍ਹਾਂ ਨੂੰ ਆਪਣੇ ਪੰਜਾਬ ਨਾਲ ਮੋਹ ਹੈ ਉਹਨਾਂ ਨੂੰ ਵੀ ਕਿਹਾ ਉਹਨਾਂ ਨੂੰ ਅਜ ਤੱਕ ਇੰਨਾ ਇਗਨੋਰ ਕੀਤਾ ਹੋਇਆ ਹੈ ਕਾਲੀਦਾਲ ਨੇ ਜਿਹੜਾ ਹੁਣ ਨਾਲ ਬਾਦਲ ਕਾਲੀਦਾਲ ਹੈ ਕਿ ਉਹਨਾਂ ਨੂੰ ਅਸੀਂ ਪੂਰੀ ਮਾਨ ਸਤਕਾਰ ਦੇਵਾਂਗੇ ਹਰ ਤਰ੍ਹਾਂ ਤੇ ਔਰ ਉਹਨਾਂ ਦੇ ਪੂਰੀ ਜਿਹੜੀ ਉਹਨਾਂ ਦੇ ਆਪਣੀ ਮਿੱਟੀ ਨਾਲ ਮੋਹ ਹੈ ਉਹਦਾ ਉਹਦਾ ਅਸੀਂ ਪੂਰਾ ਡਟ ਕੇ ਉਹਨਾਂ ਨੂੰ ਸਾਥ ਦੇਵਾਂਗੇ ਪ੍ਰਵਾਸੀਆਂ ਦੀਆਂ ਜ਼ਮੀਨਾਂ ਦੇ ਬਹੁਤ ਸਾਰੇ ਕਬਜ਼ਿਆਂ ਦੇ ਮਾਮਲੇ ਆਉਂਦੇ ਆ ਜਾਇਦਾਦਾਂ ਜ਼ਮੀਨਾਂ ਜਾਇਦਾਦਾਂ ਦੇ ਉਹਨਾਂ ਦੇ ਉੱਪਰ ਕੀ ਹੋਏਗਾ ਕੋਈ ਐਕਟ ਬਣਨਗੇ ਜਿਤਨਾ ਉਹ ਕਹਿਣਗੇ ਅਸੀਂ ਉਸ ਤਰ੍ਹਾਂ ਕਰਾਂਗੇ ਜਦੋਂ ਸਾਡੀ ਕਿਤੇ ਸਰਕਾਰ ਆ ਗਈ ਉਦੇ ਬਾਰੇ ਇਸ ਦੇ ਨਾਲ ਹੀ ਜਿਹੜੀ ਕੈਪਟਨ ਸਰਕਾਰ ਜਦੋਂ ਆਈ ਸੀ ਅੱਜ ਤੋਂ 3.5 ਸਾਲ ਲਗਭਗ 3.5 ਸਾਲ ਪਹਿਲਾਂ ਉਹਨਾਂ ਕਹੇ ਸੀ ਵੀ ਅਸੀਂ ਰੇਟ ਮਾਫੀਆ ਸੀ ਛਰਾ ਮਾਫੀਆ ਸੀ ਟਰਾਂਸਪੋਰਟ ਮਾਫੀਆ ਅਸੀਂ ਨਸ਼ੀਲੇ ਪਦਾਰਥਾਂ ਦਾ ਮਾਫੀਆ ਤਕਰੀਬਨ 8-9 ਮਾਫੀਆ ਗਿਣੇ ਸੀਗੇ ਤੇ ਗੈਂਗਸਟਰ ਮੇਰਾ ਕਹ ਲੋ ਜਿਹੜੀ ਕੈਪਟਨ ਸਰਕਾਰ ਉਹਨੇ ਗੈਂਗਸਟਰ ਤਾਂ ਠੀਕ ਐ ਐਲੀਮੀਨੇਟ ਕੀਤੇ ਹੋਣਗੇ ਬਾਕੀ ਜਿਹੜੇ ਮਾਫੀਆ ਉਹ ਉਵੇਂ ਉਵੇਂ ਪੰਜਾਬ ਦੇ ਵਿੱਚ ਹੈਗੇ ਸਿਰਫ ਗੈਂਗਸਟਰ ਵੀ ਪੂਰੇ ਨਹੀਂ ਮੈਂ ਕਹਦਾ ਕੁਝ ਉਹਨਾਂ ਦੇ ਉਹਨਾਂ ਨੇ ਕੀਤੇ ਨੇ ਉਹਨਾਂ ਨੂੰ ਕਈਆਂ ਨੂੰ ਫੜਿਆ ਕਈਆਂ ਨੂੰ ਖਤਮ ਕੀਤਾ ਲੇਕਿਨ ਜਿੰਦ ਤੱਕ ਬਾਕੀ ਮਾਫੀਏ ਨੇ ਉਹਨਾਂ ਤੇ ਕੋਈ ਫਰਕ ਨਹੀਂ ਪਿਆ ਉਸੇ ਤਰ੍ਹਾਂ ਹੀ ਚੱਲ ਰਿਹਾ ਜਿਵੇਂ ਸੁਖਵੀਰ ਬਿਲ ਚੱਲਦਾ ਥਾ ਤੁਸੀਂ ਕੀ ਮਾਫੀਆ ਦੇ ਬਾਰੇ ਨੀਤੀ ਬਣਾਓਗੇ ਕਿਵੇਂ ਉਹਨੂੰ ਲਾਗੂ ਕਰੋਗੇ ਅਸੀਂ ਨੀਤੀ ਬਣਾ ਕੇ ਉਹਨਾਂ ਨੂੰ ਖਤਮ ਕਰਨ ਦਾ ਪੂਰਾ ਕਰਾਂਗੇ ਜਿਨ੍ਹਾਂ ਜਿਨ੍ਹਾਂ ਨੂੰ ਗਲਤ ਕੋਈ ਪਰਮਟ ਮਿਲੇ ਨਹੀਂ ਕੋਈ ਪੈਸੇ ਖਾਦੇ ਨਹੀਂ ਜਿਨ੍ਹਾਂ ਨੇ ਜਿਨ੍ਹਾਂ ਨੇ ਮਾਫੀਆ ਚ ਸ਼ਰਾਬ ਚ ਪੈਸੇ ਕਮਾਏ ਨੇ ਉਹਨਾਂ ਦੀ ਇਨਕੁਆਰੀ ਕਰਾਵਾਂਗੇ ਔਰ ਅੱਗੇ ਤੋਂ ਬਰਦਸ਼ਤਾ ਲੈ ਕੇ ਉਹਦੇ ਚ ਕਰਾਂਗੇ ਤੁਸੀਂ ਆਪਣਾ ਪਾਰਟੀ ਦਾ ਆਧਾਰ ਵਧਾਉਣ ਲਈ ਕਦੋਂ ਤੋਂ ਪ੍ਰੋਗਰਾਮ ਸ਼ੁਰੂ ਕਰ ਰਹੇ ਹੋ ਅਸੀਂ ਹੁਣ ਮੈਂ ਮੈਨੂੰ ਉਹਨਾਂ ਨੇ ਅਧਿਕਾਰ ਦਿੱਤੇ ਨੇ ਸਾਰੇ ਮੈਂ ਕਮੇਟੀਆਂ ਦੋ ਤਿੰਨ ਬਣਾਵਾਂਗਾ ਕਿਹੜੀਆਂ ਕਿਹੜੀਆਂ ਜੀ ਇੱਕ ਤਾਂ ਇਹ ਜਿਹੜੀ ਲੋਕਾਂ ਨੂੰ ਮਿਲੇਗੀ ਤੇ ਦੂਜੀ ਜਿਹੜੀ ਕਨਸਟੀਚਿਊਸ਼ਨ ਵਗੈਰਾ ਦੇਖੇਗੀ ਤੀਜੀ ਐਡਮਿਨਿਸਟ੍ਰੇਸ਼ਨ ਦੇਖੇਗੀ ਦਫਤਰ ਖੋਲਣਾ ਹੋਰ ਕਰਨਾ ਉਹ ਕਈ ਕਿਸਮ ਦੀ ਉਹਦੇ ਉਸ ਤਰ੍ਹਾਂ ਦੀਆਂ ਕਮੇਟੀਆਂ ਬਣਾਵਾਂਗੇ ਤਾਂ ਕਿ ਸਾਰੇ ਨਾਲ ਉਹਨਾਂ ਨੂੰ ਡਿਊਟੀਆਂ ਦੇ ਕੇ ਸਾਰਿਆਂ ਨੂੰ ਕੰਮ ਕਰਾਈ ਤੂੰ ਪ੍ਰਵਾਸੀ ਭਾਰਤੀਆਂ ਦੀ ਗੱਲ ਕੀਤੀ ਕੋਈ ਵਿਦੇਸ਼ਾਂ ਦੇ ਵਿੱਚ ਵੀ ਆਪਣਾ ਵੱਖਰਾ ਅਕਾਲੀ ਦਲ ਬਣਾਉਂਗੇ ਅਸੀਂ ਸਾਰੀ ਦੁਨੀਆ 'ਚ ਬਣਾਵਾਂਗੇ ਅੱਛਾ ਸਾਰੇ ਸੂਬਿਆਂ ਚ ਵੀ ਬਣਾਵਾਂਗੇ ਅੱਛਾ ਸਾਰੇ ਬਾਹਰ ਵੀ ਮੁਲਕਾਂ ਚ ਬਣਾਵਾਂਗੇ ਸਾਰੀ ਯੂਨਿਟ ਬਣਾਵਾਂਗੇ ਮਤਲਬ ਸਾਰਿਆਂ ਨੂੰ ਇਨਸਾਫ ਕਰਨ ਦਾ ਯਤਨ ਯਤਨ ਕਰਾਂਗੇ ਸਾਡੀ ਇੱਛਾ ਇਹ ਵੀ ਹੋਏਗੀ ਕਿ ਜਿੱਦਨ ਸ਼ਰਮਣੀ ਕਮੇਟੀ ਤੇ ਅਸੀਂ ਉਹਨਾਂ ਤੋਂ ਲੈ ਲਈ ਸ਼ਰਮਣੀ ਕਮੇਟੀ ਚ ਵੀ ਬਾਹਰਲੇ ਸਿੱਖਾਂ ਦਾ ਕਿਸੇ ਵੀ ਢੰਗ ਨਾਲ ਜੇ ਕੋਈ ਕਾਨੂੰਨੀ ਤੌਰ ਤੇ ਨਾ ਹੁੰਦਾ ਹੋਵੇ ਤੇ ਉਹਨਾਂ ਨੂੰ ਐਸੇ ਤਰੀਕੇ ਨਾਲ ਉਹਨਾਂ ਦਾ ਐਸਡੀਪੀਸੀ ਚ ਦਾਖਲ ਅੰਦਾਜ਼ੇ ਉਹਨਾਂ ਦੀ ਥੋੜੀ ਬਹੁਤ ਜ਼ਰੂਰ ਹੋਏਗੀ ਜਰਮਨੇ ਕਾਲੇਦਲ ਬਦਲ ਤੁਹਾਡੇ ਤੇ ਦੋਸ਼ ਲਾਉਂਦਾ ਵੀ ਤੁਸੀਂ ਕਿਸੇ ਨਾ ਕਿਸੇ ਕਾਂਗਰਸ ਜਾਂ ਭਾਜਪਾ ਨਾਲ ਤੁਹਾਡੀ ਉਹ ਮਿਲੀਭੁਗਤ ਹੈ ਤੁਸੀਂ ਉਹਨਾਂ ਨਾਲ ਮਿਲ ਕੇ ਚੱਲਣ ਦੀ ਯਤਨ ਕਰ ਰਹੇ ਹੋ ਤੇ ਇਸ ਕਰਕੇ ਕਾਲੀਦਲ ਨੂੰ ਨੁਕਸਾਨ ਉਹਨਾਂ ਦੇ ਪੈਰ ਹਿੱਲ ਗਏ ਨਾ ਤਾਂ ਮੈਂ ਭਾਜਪਾ ਨਾਲ ਮਿਲਿਆ ਨਾ ਮੈਂ ਕਾਂਗਰਸ ਨਾਲ ਮਿਲਿਆ ਨਾ ਮੈਂ ਕਿਸੇ ਹੋਰ ਨਾਲ ਮਿਲਿਆ ਨਾ ਸਾਡੇ ਗਰੁੱਪ ਨਾਲ ਮਿਲਿਆ ਕੋਈ ਮੈਂ ਤੁਹਾਨੂੰ ਯਕੀਨ ਦਿਵਾਉਣਾ ਵੀ ਅਸੀਂ ਆਪਣੀ ਤਾਕਤ ਬਣਾਉਣ ਲੱਗੇ ਸਾਨੂੰ ਜਿਹਨੇ ਵੀ ਸਾਡੇ ਸਾਥ ਦੇਣਗੇ ਉਹਨਾਂ ਨੂੰ ਸਾਰਿਆਂ ਨਾਲ ਜੋੜਾਂਗੇ ਤੇ ਜਿਹੜੀ ਪਿਛਲੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੱਡੇ ਪੱਧਰ ਤੇ ਬੇਅਦਬੀ ਹੋਈ ਆ ਉਹ ਟੌਪਿਕਲ ਕੁਐਸਚਨ ਰਹੇਗਾ ਤੁਹਾਡੇ ਉਹ ਤਾਂ ਸਭ ਤੋਂ ਇੰਪੋਰਟੈਂਟ ਰਹੇਗਾ ਜੀ ਅੱਛਾ ਉਹ ਤਾਂ ਸਭ ਤੋਂ ਇੰਪੋਰਟੈਂਟ ਹੈ ਧਰਮ ਲਈ ਸਭ ਤੋਂ ਵੱਡੀ ਗੁਰੂ ਗ੍ਰੰਥ ਸਾਹਿਬ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਅਸੀਂ ਨਾ ਕਰ ਸਕੇ ਫਿਰ ਸਾਡਾ ਵੀ ਕੀ ਬਣਦਾ ਹੈ ਤਾਂ ਮਤਲਬ ਤੁਸੀਂ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਲੈ ਕੇ ਅੱਗੇ ਵਧੋਗੇ ਮਤਲਬ ਵੀ ਮੁੜ ਕੇ ਬੇਅਦਬੀ ਨਾ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਦੀ ਸ਼ਾਦਤ ਸ਼ਾਹਤ ਅੱਲੇ ਸਾਡੀ ਪਾਰਟੀ ਚੱਲੂਗੀ ਤੇ ਉਸੇ ਤਰੀਕੇ ਨਾਲ ਇਹ ਤਿੰਨਸਾ ਸਾਹਿਬ ਦਾ ਸਾਡੇ ਨਾਲ ਮੁਲਾਕਾਤ ਲਈ ਸਮਾਂ ਦੇਣ ਦਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਸਾਡੇ ਦਰਸ਼ਕਾਂ ਦਾ ਵੀ ਬਹੁਤ-ਬਹੁਤ ਧੰਨਵਾਦ ਦਰਸ਼ਕੋਸੀਂ ਸਰਦਾਰ ਸੁਖਦੇਵ ਸਿੰਘ ਢੀਂਟਸਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪ੍ਰਧਾਨ ਬਣੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਆ ਹੁਣ ਉਹਨਾਂ ਦੇ ਸੁਪੁੱਤਰ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਟਸਾ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਅਕਾਲੀ ਦਲ ਉਹਨਾਂ ਬਣਾਇਆ ਉਹਦਾ ਮਨੋਰਥ ਕੀ ਹੈ ਪਰਮਿੰਦਰ ਜੀ ਇਹਦੇ ਬਾਰੇ ਜਾਣਕਾਰੀ ਦੇਖੋ ਜਮੂਨ ਸਾਹਿਬ ਗੱਲ ਇਹ ਹੈ ਵੀ ਸਾਰੀ ਦੁਨੀਆ ਜਾਣਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਸਿਧਾਂਤਾਂ ਨੂੰ ਜਿਹੜੀ ਵਿਚਾਰਧਾਰਾ ਨੂੰ ਲੈ ਕੇ ਬਣਿਆ ਸੀ ਉਸ ਤੋਂ ਸ਼੍ਰੋਮਣੀ ਅਕਾਲੀ ਦਲ ਟੁੱਟ ਚੁੱਕਿਆ ਜੋ ਮੌਜੂਦਾ ਜਿਹੜੀ ਅਕਾਲੀ ਦਲ ਦੀ ਅ ਲੀਡਰਸ਼ਿਪ ਸੀ ਪ੍ਰਧਾਨ ਸਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਉਹ ਸਾਰੇ ਜਿਹੜੇ ਮੁੱਦੇ ਸੀ ਉਹਨਾਂ ਤੋਂ ਅਕਾਲੀ ਦਲ ਨੂੰ ਪਿੱਛੇ ਧੱਕਤਾ ਤੇ ਅਕਾਲੀ ਦਲ ਜਿਹੜਾ ਹੈ ਸਿਰਫ ਨਿਜਵਾਦ ਤੇ ਸਵਾਰਥ ਤੱਕ ਸੀਮਿਤ ਹੋ ਕੇ ਰਹਿ ਗਿਆ ਜਿਸ ਕਰਕੇ ਬੜੇ ਗਲਤ ਫੈਸਲੇ ਸਮੇਂ ਨਾਲ ਹੋਏ ਜਿਨ੍ਹਾਂ ਦਾ ਟੀਨਸ਼ਾ ਸਾਹਿਬ ਤੇ ਹੋਰ ਲੀਡਰਸ਼ਿਪ ਵਿੱਚ ਬੈਠ ਕੇ ਵਿਰੋਧ ਵੀ ਕਰਦੀ ਰਹੀ ਪਰ ਜਦ ਕੋਈ ਸਿੱਟਾ ਨਾ ਨਿਕਲਿਆ ਉਹਨਾਂ ਦੇ ਮੁੱਦੇ ਚੱਕਣ ਤੋਂ ਬਾਅਦ ਤਾਂ ਫਿਰ ਉਹਨਾਂ ਨੇ ਪਾਰਟੀ ਨੂੰ ਛੱਡਣ ਦਾ ਫੈਸਲਾ ਕੀਤਾ ਤੇ ਹੁਣ ਸਾਰੇ ਆਪਣੇ ਸਾਥੀਆਂ ਨਾਲ ਤੇ ਪੰਜਾਬ ਦੇ ਲੋਕਾਂ ਦੇ ਨਾਲ ਜਿਹੜਾ ਹੈ ਉਹਨਾਂ ਨੇ ਇਹ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਬਣਾਉਣ ਦਾ ਜਿਹੜਾ ਹੈ ਇਹ ਅੱਜ ਫੈਸਲਾ ਹੋਇਆ ਜਿਹਦੇ ਢੀਨ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ ਸੋ ਇਸ ਦਾ ਮਨੋਰਥ ਇੱਕੋ ਹੀ ਹੈ ਵੀ ਜੋ 1920 ਜਿਹੜਾ ਕਾਂ ਲਈਦ ਸਥਾਪਿਤ ਹੋਇਆ ਸੀ ਜੋ ਉਹਦੇ ਸਿਧਾਂਤ ਸੀ ਜੋ ਉਹਦੀ ਵਿਚਾਰਧਾਰਾ ਸੀ ਜਿਸ ਮਨਸ਼ਾ ਨੂੰ ਲੈ ਕੇ ਉਹ ਸਥਾਪਿਤ ਕੀਤਾ ਗਿਆ ਸੀ ਉਸ ਸੋਚ ਨੂੰ ਅੱਗੇ ਤੋਰਨਾ ਤੇ ਪੰਜਾਬ ਦੀ ਪਰਫੁੱਲਤਾ ਲਈ ਵਾਸਤੇ ਖੁਸ਼ਹਾਲੀ ਵਾਸਤੇ ਤੇ ਵਿਸ਼ਵ ਦੇ ਵਿੱਚ ਜਿਹੜੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਅਸੀਂ ਕੰਮ ਕਰਾਂਗੇ ਅਕਾਲੀ ਦਲ ਦੇ ਵਿੱਚ ਕਿਹਾ ਜਾਂਦਾ ਵੀ ਕਦੇ ਜਮੂਰੀ ਢੰਗ ਨਾਲ ਫੈਸਲੇ ਹੁੰਦੇ ਸੀ ਅੱਜਕੱਲ ਟਿੰਸਾ ਸਾਹਿਬ ਦਾ ਵੀ ਕਹਿਣਾ ਵੀ ਉੱਥੇ ਜਮੂਰੀਅਤ ਕੋਈ ਨਹੀਂ ਗਈ ਉੱਥੇ ਡਿਕਟੇਟਰਸ਼ਿਪ ਹੋ ਗਈ ਇਸ ਕਰਕੇ ਉਹਨਾਂ ਨੇ ਵੱਖਰਾ ਅਕਾਲੀ ਦਲ ਤੁਸੀਂ ਵੀ ਇਹੀ ਗੱਲ ਮਹਿਸੂਸ ਕਰਦੇ ਹੋ ਦੇਖੋ ਬਿਲਕੁਲ ਮੈਂ ਮਹਿਸੂਸ ਕਰਦਾ ਹੁਣ ਮੈਂ ਉਦੋਂ ਵੀ ਵੱਧ ਮਹਿਸੂਸ ਕਰਦਾ ਕਿਉਂਕਿ ਤੁਸੀਂ ਦੇਖੋ ਜੋ ਸਾਨੂੰ ਪਾਰਟੀ ਦੇ ਵਿੱਚੋਂ ਕੱਢਣ ਦਾ ਇਹਨਾਂ ਨੇ ਫੈਸਲਾ ਕੀਤਾ ਹਾਂਜੀ ਇਹਨਾਂ ਨੇ ਸਾਨੂੰ ਪਹਿਲਾਂ ਸਸਪੈਂਡ ਕੀਤਾ ਕੋਈ ਨੋਟਿਸ ਨਹੀਂ ਜਾਰੀ ਕੀਤਾ ਅੱਛਾ ਫਿਰ ਇਹਨਾਂ ਨੇ ਸਸਪੈਂਡ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੇ ਕਹਿਤਾ ਵੀ ਅਸੀਂ ਨੋਟਿਸ ਇਸ਼ੂ ਕਰ ਦਿੱਤਾ ਪਰ ਉਹ ਨੋਟਿਸ ਸਾਡੇ ਤੱਕ ਨਹੀਂ ਪਹੁੰਚਿਆ ਅੱਛਾ ਫਿਰ ਸਾਨੂੰ ਪਾਰਟੀ ਦੇ ਵਿੱਚੋਂ ਕੱਢਤਾ ਉਹਦਾ ਵੀ ਸਾਨੂੰ ਚਿੱਠੀ ਵੀ ਨਹੀਂ ਭੇਜੀ ਵੀ ਪਾਰਟੀ ਚੋਂ ਤੁਹਾਨੂੰ ਕੱਢ ਦਿੱਤਾ ਗਿਆ ਸਿਰਕ ਹਵਾਰਜ ਦਿੱਤਾ ਮੈਂ ਤੁਸੀਂ ਕੋਈ ਜਵਾਬ ਤਲਬੀਕ ਕੋਈ ਪੁੱਛ ਕੋਈ ਕਿਉਂਕਿ ਉਹ ਇਹਦਾ ਕਾਰਨ ਹੈ ਵੀ ਉਹਨਾਂ ਨੂੰ ਪਤਾ ਸੀ ਵੀ ਜਿਹੜੇ ਅਸੀਂ ਜਵਾਬ ਦੇਣਾ ਹੈ ਉਹ ਤੱਥਾਂ ਦੇ ਆਧਾਰ ਤੇ ਦੇਣਾ ਹੈ ਤੇ ਉਹਦਾ ਉਹਨਾਂ ਕੋਲੇ ਕੋਈ ਜਿਹੜਾ ਹੈ ਜਵਾਬ ਨਹੀਂ ਹੋਣਾ ਜਿਹੜਾ ਅਸੀਂ ਉਹਨਾਂ ਨੂੰ ਇਸ ਸਾਰੇ ਮੁੱਦੇ ਤੇ ਨੋਟਿਸ ਤੇ ਜਵਾਬ ਦੇਣਾ ਸੀ ਸੋ ਉਸ ਦਾ ਇੱਕ ਬਰਾਹਰ ਦਾ ਨਤੀਜਾ ਸੀ ਜਿਸ ਕਰਕੇ ਉਹਨਾਂ ਨੇ ਇਹ ਕਾਰਵਾਈ ਕੀਤੀ ਹੈ ਸੋ ਬਾਕੀ ਸਾਰੇ ਜਾਣਦੇ ਆ ਜਿਹੜੀ ਕੋਰ ਕਮੇਟੀ ਆ ਹੋਰ ਹੈ ਉਹਨਾਂ ਤੇ ਡਿਸਕਸ਼ਨ ਲਈ ਉਹ ਬੁਲਾ ਲੈਂਦੇ ਆ ਪਰ ਉੱਥੇ ਫੈਸਲਾ ਜਿਹੜਾ ਹੈ ਉਤੋਂ ਬਣ ਕੇ ਆਉਂਦਾ ਲਿਖ ਕੇ ਆਉਂਦਾ ਉਹਨੂੰ ਬਸ ਉਹ ਪੜ੍ਹ ਕੇ ਸੁਣਾ ਦਿੰਦੇ ਆ ਤੇ ਫੈਸਲਾ ਹੋ ਜਾਂਦਾ ਕੌਣ ਤੁਹਾਡੇ ਮਤਵ ਕੌਣ ਫੈਸਲਾ ਕਰਦਾ ਸੁਖਬੀਰ ਬਾਦਲ ਨੂੰ ਨਹੀਂ ਕਰਦੇ ਜਾਂ ਬਿਕਰਮ ਮਜੀਠੀਆ ਕਰਦਾ ਜਾਂ ਕੋਈ ਹੋਰ ਕਰਦਾ ਦੇਖੋ ਪਰਿਵਾਰ ਹੀ ਕਰਦਾ ਫੈਸਲਾ ਸਰ ਨਹੀਂ ਪਰਿਵਾਰ ਬਾਦਲ ਪਰਿਵਾਰ ਦੇ ਵਿੱਚ ਸਾਰੇ ਹੀ ਆ ਗਏ ਬੀਬਾ ਹਰਸਿਮਰਤ ਕੌਰ ਸੁਖਬੀਰ ਸਿੰਘ ਬਾਦਲ ਬਿਕਰਮ ਮਜੀਠੀਆ ਜੀ ਕਈ ਵਾਰੀ ਇਹ ਕਿਹਾ ਜਾਂਦਾ ਵੀ ਬਿਕਰਮ ਮਜੀਠੀਆ ਤੇ ਹਰਸਿਮਰਤ ਬਾਦਲ ਜ਼ਿਆਦਾ ਫੈਸਲੇ ਕਰਦੇ ਆ ਸੁਖਬੀਰ ਬਾਦਲ ਨੂੰ ਕੀ ਦੇਖੋ ਮੈਂ ਸਮਝਦਾ ਇਹ ਤਾਂ ਨੀ ਪਰ ਅਸਲ ਦੇ ਵਿੱਚ ਇਹ ਹੈ ਵੀ ਕਿਉਂਕਿ ਅਸੀਂ ਮਹਿਸੂਸ ਇਹ ਕਰਦੇ ਹਾਂ ਸਾਰੇ ਵੀ ਸ਼ਾਇਦ ਫੈਸਲੇ ਉੱਥੋਂ ਹੁੰਦੇ ਆ ਪਰ ਸardar sukhbir singh badal ਉਹ ਆ ਕੇ ਉਹ ਫੈਸਲੇ ਨੂੰ ਸੁਣਾ ਦਿੰਦੇ ਆ ਜਾਂ ਕਹਿ ਦਿੰਦੇ ਆ ਤੇ ਫਿਰ ਕਿਉਂਕਿ ਕਈ ਵਾਰੀ ਉਹ ਖੁਦ ਫੈਸਲੇ ਕਰਕੇ ਵੀ ਗੱਲਾਂ ਕਹਿ ਕੇ ਫਿਰ ਬਾਅਦ ਚ ਚੇਂਜ ਕਰ ਦਿੰਦੇ ਆ ਮੀਟਿੰਗ ਤੋਂ ਬਿਨਾ ਚੇਂਜ ਕਰਨਾ ਮਤਲਬ ਇਹੀ ਹੈ ਵੀ ਘਰੇ ਜਾ ਕੇ ਸਲਾਹ ਕਰਕੇ ਫੈਸਲੇ ਬਦਲ ਗਏ ਸੋ ਇਹ ਇਹ ਸਾਰੀਆਂ ਗੱਲਾਂ ਤੋਂ ਜ਼ਿਆਦਾ ਲੋਕ ਮਹਿਸੂਸ ਕਰਦੇ ਵੀ ਪਰਿਵਾਰ ਦੇ ਫੈਸਲੇ ਹੁੰਦੇ ਇਹ ਵੀ ਕਿਹਾ ਜਾਂਦਾ ਵੀ ਪਿਛਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਹਨਾਂ ਚ ਹਾਰ ਦੀ ਜ਼ਿੰਮੇਵਾਰੀ ਨੂੰ ਲੈ ਕੇ ਮਤਭੇਦ ਵਧੇ ਆ ਵੀ ਕੁਝ ਸੁਖਦੇਵ ਸਿੰਘ ਢੀਂਡਸਾ ਤੇ ਕੁਝ ਹੋਰ ਆਗੂ ਨੇ ਉਹਨਾਂ ਤੋਂ ਪਾਰਟੀ ਪ੍ਰਧਾਨ ਨੂੰ ਕਿਹਾ ਵੀ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ ਏਡੀ ਵੱਡੀ ਕਦੇ ਹਾਰ ਨਹੀਂ ਹੋਈ ਇਹ ਕਾਰਨ ਬਣਿਆ ਜਾਂ ਕੋਈ ਹੋਰ ਕਾਰਨ ਬਣਿਆ ਦੇਖੋ ਕਈ ਕਾਰਨ ਨਹੀਂ ਇੱਕ ਕਾਰਨ ਤਾਂ ਨਹੀਂ ਬਣਦਾ ਹੁੰਦਾ ਤੁਸੀਂ ਜਦ ਪਾਰਟੀ ਦੇ ਵਿੱਚ ਕੰਮ ਕਰਦੇ ਹੋ ਮੈਂ ਸਮਝਦਾ ਕਈ ਕਾਰਨ ਬਣ ਜਾਂਦੇ ਆ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਫੈਸਲੇ ਹੋਣੇ ਸਰਕਾਰ ਦੇ ਵਿੱਚ ਜੋ ਸਰਕਾਰ ਤੇ આરોਪ ਲੱਗੇ ਉਸ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਤੇ ਉਹਦੇ ਵਿੱਚ ਕੋਈ ਦੋਸ਼ੀ ਨਾ ਫੜਿਆ ਗਿਆ ਕੋਈ ਕਾਰਵਾਈ ਨਹੀਂ ਹੋਈ ਤੇ ਸਰਕਾਰ ਜਿਹੜਾ ਹੈ ਇਹ ਵੀ ਸਰਕਾਰ ਨੇ ਐਕਸੈਪਟ ਨਹੀਂ ਕੀਤਾ ਵੀ ਸਾਡੀ ਸਰਕਾਰ ਦੇ ਵਿੱਚ ਹੋਇਆ ਸਾਨੂੰ ਕਿਤੇ ਨਾ ਕਿਤੇ ਤਾਂ اخਲਾਕੀ ਤੌਰ ਤੇ ਇਹ ਜਿੰਮੇਵਾਰੀ ਲੈਣੀ ਪੈਣੀ ਹੈ ਤੋ ਸਾਰੀਆਂ ਗੱਲਾਂ ਜਦ ਉੱਠੀਆਂ ਉਹਦਾ ਜਵਾਬ ਨਾ ਹੋਣ ਕਰਕੇ ਜਦ ਇਲੈਕਸ਼ਨ ਆਈਆਂ ਇਲੈਕਸ਼ਨ ਦੇ ਵਿਚਾਰ ਹੋਈ ਆਖਰ ਜਮਹੂਰੀਅਤ ਦੇ ਵਿੱਚ ਜਿਹਦੀ ਵੀ ਅਗਵਾਈ ਹੁੰਦੀ ਹੈ ਤੁਸੀਂ ਵਿਸ਼ਵ ਦੇ ਵਿੱਚ ਸਾਰੇ ਦੇਖਦੇ ਹੋ ਵੀ ਜੇ ਕੋਈ ਹਾਰ ਹੁੰਦੀ ਹੈ ਜੇ ਵੱਡੀ ਹਾਰ ਹੋਵੇ ਤਾਂ ਕੋਈ ਨਾ ਕੋਈ ਤਾਂ ਆਨ ਅਪ ਕਰਦੇ ਉਹਦੀ ਰਿਸਪੋਨਸੀਬਿਲਟੀ ਜਿਵੇਂ ਕਈ ਸਾਡੇ ਵਿਰੋਧੀ ਨੇ ਉਹ ਕਹਿੰਦੇ ਜੀ ਜਦ ਸੁਖਵੀਰ ਸਿੰਘ ਬਾਦਲ ਨੇ ਜਿੱਤ ਦਿਵਾਈ ਸੀ ਉਹ ਤਾਂ ਬਹੁਤ ਵਧੀਆ ਲੱਗਦੇ ਸੀ ਅਸੀਂ ਕਹਿੰਦੇ ਆ ਇਹ ਜਿੱਤ ਦਵਾਈ ਸੀ ਤੇ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ ਸਾਰਿਆਂ ਨੇ ਵੀ ਬਹੁਤ ਵਧੀਆ ਹੋਇਆ ਤੁਸੀਂ ਪਲੈਨਿੰਗ ਕਰਕੇ ਅਕਾਲੀ ਦਲ ਨੂੰ ਜਿੱਤ ਦਵਾਈ ਹੈ ਤਾਂ ਸਾਰੀ ਸ਼ਾਬਾਸ਼ੀ ਸਾਰੀ ਕ੍ਰੈਡਿਟ ਵੀ ਸੁਖਵੀਰ ਸਿੰਘ ਬਾਦਲ ਨੂੰ ਹੀ ਮਿਲਿਆ ਸਾਰਿਆਂ ਨੇ ਦਿੱਤਾ ਜੇ ਹਾਰ ਹੋਈ ਹੈ ਤਾਂ ਕਿਸੇ ਨੂੰ ਜ਼ਿੰਮੇਵਾਰੀ ਵੀ ਓਨ ਕਰਨੀ ਪੈਣੀ ਹੈ ਸੋ ਇਹੀ ਗੱਲਾਂ ਤੇ ਹੁਣ ਤਾਂ ਤੁਸੀਂ ਹੁਣ ਦੇਖ ਲਓ ਤਿੰਨ ਜਿਹੜੇ ਵੱਡੇ ਫੈਸਲੇ ਹੋਏ ਨੇ ਆਪਣੇ ਅਕਾਲੀ ਦਲ ਨੇ ਜਿਹੜਾ 370 ਤਾਰਾ ਤੋੜੀ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਤੇ ਚਲੋ 3270 ਧਾਰਾ ਦਾ ਤੌਰ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਇੱਕ ਯੂਟੀ ਬਣਾ ਦਿੱਤਾ ਗਿਆ ਹਾਂਜੀ ਹਾਂਜੀ ਉਹ ਬੜੀ ਮੰਤ ਭਾਗਾ ਫੈਸਲਾ ਸੀ ਉੱਥੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੂਬਿਆਂ ਦੇ ਵਾਧਤਕਾਰਾਂ ਦੀ ਗੱਲ ਕਰਦੀ ਹੈ ਉਹਦੇ ਹੱਕ 'ਚ ਵੋਟ ਪਾਉਂਦੀ ਹੈ ਦੱਸੋ ਕਿਹੜੀ ਅਕਾਲੀ ਦਲ ਰਹੇਗੀ ਫਿਰ ਸਿਟੀਨਸ਼ਿਪ ਐਮੈਂਡਮੈਂਟ ਐਕਟ ਹਾਂਜੀ ਹਾਂਜੀ ਤੇ ਅਸੀਂ ਗੱਲ ਕਰਦੇ ਹਾਂ ਜੀ ਮੁਸਲਮਾਨ ਭਾਈਚਾਰੇ ਦੀ ਅਸੀਂ ਵੀ ਜਿਹੜਾ ਹੈ ਘਟ ਗਿਣਤੀਆਂ ਸਾਨੂੰ ਵੈਸੇ ਤਾਂ ਮੈਂ ਸਮਝਦਾ ਸਾਰੀ ਮਨੁੱਖਤਾ ਬਰਾਬਰ ਹੈ ਸਾਡੇ ਗੁਰੂ ਸਾਹਿਬ ਦੇ ਸੰਦੇਸ਼ ਹੈ ਪਰ ਜਿੱਥੇ ਕੋਈ ਘੱਟ ਗੁਣਤੀ ਦੀ ਗੱਲ ਆਉਂਦੀ ਹੈ ਉੱਥੇ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਖੜਿਆ ਹੈ ਤੇ ਸੀਏ ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਉੱਥੇ ਵੋਟ ਪਾ ਕੇ ਆਉਂਦਾ ਤੇ ਹੁਣ ਆਰਡੀਨੈਂਸ ਹੋਏ ਨੇ ਆਰਡੀਨੈਂਸਾਂ ਦੇ ਵਿੱਚ ਵੀ ਜਿਹੜੇ ਕਿਸਾਨੀ ਦੇ ਉਲਟ ਆਰਡੀਨੈਂਸ ਹੋਏ ਨੇ ਉਹਦੇ ਤੇ ਵੀ ਸ਼੍ਰੋਮਣੀ ਅਕਾਲੀ ਦਲ ਕੈਬਨਟ ਦੇ ਵਿੱਚ ਉਹਦੇ ਹੱਕ 'ਚ ਭੁਗਤ ਹੈ ਸੋ ਇਹ ਗੱਲਾਂ ਨੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੀ ਵਿਚਾਰਧਾਰਕ ਦੇ ਸਿਧਾਂਤਾਂ ਤੋਂ ਜਿਹੜੀਆਂ ਕੋਹੇ ਦੂਰ ਨੇ ਜਿਹੜੇ ਤਿੰਨੇ ਆਰਡੀਨੈਂਸ ਨੇ ਤੇ ਚੌਥਾ ਜਿਹੜਾ ਬਿਜਲੀ ਐਕਟ ਲਈ ਆਉਣ ਦੀ ਤਿਆਰੀ ਹੈ ਮਤਲਬ ਇਸੇ ਮੌਨਸੂਨ ਸੈਸ਼ਨ ਦੇ ਵਿੱਚ ਆਉਣ ਦੀ ਸੰਭਾਵਨਾ ਹੈ ਇਹ ਸਿੱਧਾ ਸਿੱਧਾ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਪਰ ਛਾਪਾ ਮਤਲਬ ਸਾਡੇ ਸੰਘੀ ਢਾਂਚੇ ਦੇ ਉੱਪਰ ਹਮਲਾ ਹੈ ਇਹਦੇ ਬਾਰੇ ਅਕਾਲੀ ਦਲ ਦਾ ਚੁੱਪ ਰਹਿਣਾ ਤੇ ਕੈਬਨਿਟ ਦੇ ਵਿੱਚ ਹੋਣਾ ਦੇਖੋ ਉਹੀ ਗੱਲ ਹੈ ਸਭ ਤੋਂ ਅਫਸੋਸ ਦੀ ਗੱਲ ਇਹ ਹੈ ਵੀ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਐਬਡੀਕੇਟ ਕਰਤੀ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਸਾਨੂੰ ਜਿਹੜਾ ਸਾਡੇ ਜੋ ਬਜ਼ੁਰਗਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਜੇਲਾਂ ਕੱਟੀਆਂ ਮੋਰਚੇ ਲਾਏ ਕਈ ਸ਼ਹੀਦ ਵੀ ਹੋਏ ਕਿਸ ਵਾਸਤੇ ਆਕਰ ਉਹਨਾਂ ਦੇ ਉਹ ਜਿਹੜੇ ਮਨੋਰਥ ਸੀ ਜਿਹਦੇ ਵਿੱਚ ਸਭ ਤੋਂ ਵੱਡਾ ਸੀ ਸੂਬਿਆਂ ਨੂੰ ਵੱਧ ਅਧਿਕਾਰ ਦੇਣਾ ਜਿਹਦੇ ਵਿੱਚ ਘਟ ਗਿਣਤੀਆਂ ਦੀ ਰੱਖਿਆ ਜਦ ਅਸੀਂ ਉਹਨਾਂ ਦੇ ਉੱਤੇ ਹੀ ਉਹਨਾਂ ਦੀ ਸਾਰੀ 70 ਸਾਲਾਂ ਦੀ ਕਰੀ ਤਰੀ ਤੇ ਜੇ ਸਵਾ ਪਾ ਦੀਏ ਇਹ ਤਾਂ ਉਹ ਕੰਮ ਕੀਤਾ ਹੈ ਤੇ ਇਹਦੇ ਲਈ ਮੈਂ ਇਹ ਗੱਲ ਕਹਾਂਗਾ ਵੀ ਪੰਜਾਬ ਦੇ ਲੋਕ ਤੇ ਖਾਸ ਤੌਰ ਤੇ ਅਕਾਲੀ ਦਲ ਦੀ ਸੋਚ ਰੱਖਣੇ ਲੋਕ ਕਦੇ ਇਹਨਾਂ ਨੂੰ ਮਾਫ਼ ਨਹੀਂ ਕਰਨਗੇ। ਤੁਹਾਡਾ ਗੱਲ ਇਸ ਦਾ ਮਤਲਬ ਵੀ ਅਕਾਲੀ ਦਲ ਨੇ ਜੋ ਆਪਣਾ ਵਿਰਾਸਤ ਆ ਵਿਰਸਾ ਜੱਦੋਜੋਦ ਕਰਨ ਦਾ ਦਮੇ ਸਟਰਗਲ ਕਰਨ ਦਾ ਉਹ ਛੱਡ ਦਿੱਤਾ। ਦੇਖੋ ਇਹ ਤਾਂ ਕੋਈ ਕਹਿਣ ਦੀ ਗੱਲ ਹੀ ਨਹੀਂ। ਉਹ ਸਾਰਾ ਛੱਡਤਾ ਹੁਣ ਅਸੀਂ ਦੇਖੋ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਹਾਂ। ਵੀ ਤੇਲ ਤੇ ਨ ਦੇ ਭਾਅ ਵਧ ਗਏ ਉਹਨਾਂ ਦੇ ਖਿਲਾਫ ਤੇ ਇਹ ਇਸ ਕਰਕੇ ਹਾਲਾਂਕਿ ਐਕਸਾਈਜ਼ ਡਿਊਟੀ ਦਾ ਕੇਂਦਰ ਨੇ ਵਧਾਇਆ ਪੰਜਾਬ ਨੇ ਵੈਟ ਵਧਾਇਆ ਤੇ ਕਰਨਾ ਤਾਂ ਦੋਨਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਚਾਹੀਦਾ ਨਾ ਕਿ ਸਿਰਫ ਪੰਜਾਬ ਸਰਕਾਰ ਹਾਲਾਂਕਿ ਪੰਜਾਬ ਸਰਕਾਰ ਨੇ ਤਾਂ ਵੈਟ 1% ਵਧਾਇਆ ਹੋਣਾ ਉਹਨਾਂ ਨੇ ਤਾਂ ਜਿਹੜਾ ਡੇਟਾ ਕਰਤਾ ਜੋ ਐਕਸਾਈਜ਼ ਡਿਊਟੀ ਸੀ ਮੇਰੇ ਖਿਆਲ 21 ਦਿਨ ਤੇਲ ਦੇ ਭਾਅ ਵਧਦੇ ਰਹੇ ਭਾਈ ਜਣ ਹਾਂ ਬਿਲਕੁਲ ਇਹੀ ਜਿਹੜੀਆਂ ਮੈਂ ਸਮਝਦਾ ਵੀ ਸਾਨੂੰ ਜਿਹੜੀ ਐਸੀ ਵੱਡੀ ਸ਼ਾਨਾਮਤ ਇਤਿਹਾਸ ਵਾਲੀ ਪਾਰਟੀ ਹੈ ਜੇ ਉਹ ਆਪਣੇ ਸੂਬੇ ਦੇ ਆਪਣੇ ਲੋਕਾਂ ਪਿੱਛੇ ਨਹੀਂ ਖੜੂਗੀ ਜੇ ਉਹਨਾਂ ਵਾਸਤੇ ਨਹੀਂ ਲੜੂਗੀ ਤਾਂ ਫਿਰ ਜਿਹੜਾ ਹੈ ਇਸ ਤੋਂ ਮੰਤ ਭਾਗੀ ਗੱਲ ਨਹੀਂ ਹੋ ਸਕਦੀ ਤੇ ਇਹੀ ਚੀਜ਼ਾਂ ਨੇ ਜਿਹੜਾ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਬਾਦਲ ਜਿਹਨੂੰ ਆਪਾਂ ਕਹਿ ਦਿੰਨੇ ਆ ਉਹਦੇ ਉਹਨੂੰ ਜਿਹੜਾ ਹੈ ਲੋਕ ਪਿੱਛੇ ਹਟਦੇ ਜਾ ਰਹੇ ਉਹਨਾਂ ਤੋਂ ਨਵੇਂ ਜਿਹੜਾ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜੇ ਅੱਜ ਸਰਦਾਰ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਬਣੇ ਨੇ ਉਹਦੇ ਵਿੱਚ ਤੁਸੀਂ ਆਪਣੀ ਕੀ ਰੋਲ ਮਿਤਦੇ ਹੋ ਦੇਖੋ ਮੈਨੂੰ ਤਾਂ ਜੋ ਪਾਰਟੀ ਰੋਲ ਦੇਗੀ ਜ਼ਿੰਮੇਵਾਰੀ ਦੇਗੀ ਮੈਂ ਉਥੇ ਕੰਮ ਕਰਾਂਗਾ ਤੇ ਵੈਸੇ ਮੈਂ ਨਹੀਂ ਚਾਹੁੰਦਾ ਮੈਂ ਟੀਨ ਸਾਹਿਬ ਨੂੰ ਵੀ ਕਿਹਾ ਸੀ ਵੀ ਮੈਂ ਨਹੀਂ ਚਾਹੁੰਦਾ ਕੋਈ ਮੈਂ ਅਹੁਦਾ ਲਵਾਂ ਕਿਉਂਕਿ ਟੀਨ ਸਾਹਿਬ ਉਹਦੇ ਪ੍ਰਧਾਨ ਬਣੇ ਨੇ ਤੇ ਪਰਿਵਾਰ ਦੇ ਵਿੱਚ ਠੀਕ ਵੀ ਨਹੀਂ ਲੱਗਦਾ ਵੀ ਦੋ ਦੋ ਅਹੁਦੇ ਲੈਣ ਪਰ ਜਿੱਥੇ ਪਾਰਟੀ ਦੀ ਜ਼ਿੰਮੇਵਾਰੀ ਹੋਊਗੀ ਮੈਂ ਉਥੇ ਕੰਮ ਕਰੂੰਗਾ ਤੇ ਸਾਡਾ ਕੋਸ਼ਿਸ਼ ਇਹੀ ਹੋਏਗੀ ਯਾਸੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਤੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਅਸੀਂ ਜੋ ਅਕਾਲੀ ਦਲ ਦਾ ਰੋਲ ਸੀ ਉਹ ਰੋਲ ਨੂੰ ਦੁਬਾਰੇ ਬਹਾਲ ਕਰੀਏ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਜਦੋਂ ਜਹਿਦ ਕਰਾਂਗੇ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਲੜਾਂਗੇ ਟੀਟਾ ਸਾਹਿਬ ਕਹਿੰਦੇ ਵੀ ਐਸਜੀਪੀਸੀ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਹੋ ਗਈ ਹੈ ਅਸੀਂ ਉਹ ਅਕਾਲੀ ਦਲ ਜਿਹੜਾ ਬਾਦਲ ਹੈ ਉਹਨਾਂ ਨੂੰ ਉਥੋਂ ਪਾਸੇ ਲਾਂਬੇ ਕਰਨ ਲਈ ਯਤਨ ਕਰਾਂਗੇ ਉਹਦੇ ਲਈ ਲੜਾਈ ਲੜਾਂਗੇ ਟਾਡਾ ਕੀ ਇਹਦੇ ਬਾਰੇ ਉਹ ਤਾਂ ਹੈ ਹੀ ਆ ਜੀ ਦੇਖੋ ਗੱਲ ਇਹ ਹੈ ਵੀ ਸਾਡੀ ਜੋ ਸਾਰੀ ਸ਼ਕਤੀ ਹੈ ਉਹ ਸਾਨੂੰ ਅ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸੇਧ ਲੈ ਕੇ ਅਸੀਂ ਚੱਲਦੇ ਆਂ ਅਤੇ ਸਾਡੀ ਜੇ ਕਹੀਏ ਸਿੱਖ ਕੌਮ ਦੀ ਜੋ ਸਭ ਤੋਂ ਵੱਡਾ ਜੇ ਸੰਸਥਾ ਹੈ ਤਾਂ ਸ਼ਰੂਨ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਜਦ ਉਹਦੇ ਤੇ ਕਿੰਤੂ ਪਰੰਤੂ ਉਠਦਾ ਤਾਂ ਸਾਨੂੰ ਇਸ ਗੱਲ ਤੇ ਦੁੱਖ ਵੀ ਹੁੰਦਾ ਹੈ ਸ਼ਰਮ ਵੀ ਮਹਿਸੂਸ ਹੁੰਦੀ ਹੈ ਵੀ ਐਸੀ ਵੱਡੀ ਸੰਸਥਾ ਜਿਹਦਾ ਬਿਸ਼ਪ ਦੇ ਵਿੱਚ ਨਾ ਹੋਵੇ ਉਹ ਤੇ ਇਹ ਨਹੀਂ ਉਂਗਲਾਂ ਉਠਣ ਜੋ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਵੀ ਅਸੀਂ ਉਹਦੇ ਵਿੱਚ ਸੁਧਾਰ ਲੈ ਕੇ ਆਈਏ ਤੇ ਅਸੀਂ ਜਦ ਵੀ ਚੋਣਾ ਹੁੰਦੀਆਂ ਨੇ ਮੈਨੂੰ ਲੱਗਦਾ ਇਹਨਾਂ ਨੇ ਯਤਨ ਤਾਂ ਜੋ ਬਾਦਲ ਕਾਲੀ ਦਲਦੇ ਹੀ ਹੈ ਵੀ ਇਹ ਚੋਣਾ ਨਾ ਹੋਣ ਡਿਲੇ ਕਰ ਰਹੇ ਨੇ 10 ਸਾਲ ਤਾਂ ਹੋ ਗਏ ਚੋਣਾ ਹੋਣੀ ਚਾਹੀਦੀ ਸੀ 5 ਸਾਲਾਂ ਬਾਅਦ ਪਰ ਸਾਡੀ ਹੋएगी ਵੀ ਜਦ ਵੀ ਚੋਣਾ ਹੁੰਦੀ ਹੈ ਉੱਥੇ ਚੰਗੇ ਲੋਕ ਧਾਰਮਿਕ ਜਿਹੜੇ ਪ੍ਰਵਿਰਤੀ ਦੇ ਲੋਕ ਜਿਹੜੇ ਸਿਰਫ ਤੇ ਸਿਰਫ ਕੇਵਲ ਧਾਰਮਿਕ ਪੱਖ ਤੋਂ ਹੀ ਸੇਵਾ ਕਰਨਾ ਚਾਹੁੰਦੇ ਉਹਨਾਂ ਦਾ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਲੋਕ ਆਉਣ ਤੇ ਉਹਨਾਂ ਨੂੰ ਜਿੰਮੇਵਾਰੀ ਸਮਝ ਜਾਵੇ ਨਾ ਈਂਟਾ ਸਾਹਿਬ ਨੇ ਕੋਈ ਚੋਣ ਲਾਣੀ ਨਾ ਅਸੀਂ ਚੋਣ ਲਾਣੀ ਹੈ ਨਾ ਹੀ ਸਾਡਾ ਕੋਈ ਪ੍ਰਧਾਨ ਬਣਾਉਣ ਦੇ ਵੀ ਕਿਸੇ ਛੋਏਗਾ ਪਰ ਅਸੀਂ ਇਹ ਸਾਰੀ ਸਿਸਟਮ ਨੂੰ ਸੁਧਾਰਨ ਵਾਸਤੇ ਜੋ ਰੋਲ ਅਦਾ ਕਰ ਸਕਦੇ ਉਹ ਅਸੀਂ ਜਰੂਰ ਅਦਾ ਕਰਾਂਗੇ ਇੱਥੇ ਲੈਨੇ ਅਸੀਂ ਛੋਟੀ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ ਤੋ ਬਾਦ ਪਿਆਰੇ ਦਰਸ਼ਕੋ ਤੁਹਾਡਾ ਫਿਰ ਸਵਾਗਤ ਹੈ ਅਸੀਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਉਹਨਾਂ ਨਾਲ ਗੱਲ ਕਰ ਰਹੇ ਹਾਂ ਉਹਨਾਂ ਨੂੰ ਉਹਨਾਂ ਕੋਲ ਜਾਣਨ ਦਾ ਕੋਸ਼ਿਸ਼ ਕਰਾਂਗੇ ਵੀ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜੂਤ ਹੈ ਉਹ ਵਿਦੇਸ਼ਾਂ ਨੂੰ ਜਾ ਰਿਹਾ ਉਹ ਕਿਉਂ ਜਾ ਰਿਹਾ ਜਿਹੜੀ ਉਹਨਾਂ ਨੇ ਅੱਜ ਦਲ ਬਣਾਇਆ ਸ਼੍ਰੋਮਣੀ ਅਕਾਲੀ ਦਲ ਉਹ ਨੌਜਵਾਨਾਂ ਨੂੰ ਪੰਜਾਬ 'ਚ ਰੱਖਣ ਲਈ ਕੀ ਯਤਨ ਕਰੇਗਾ ਕੀ ਕੋਈ ਵਿਸ਼ੇਸ਼ ਉਪਰਾਲਾ ਕੀ ਕਰੇਗਾ ਕਿਉਂਕਿ ਬੇਰੁਜ਼ਗਾਰੀ ਤੋਂ ਦੁਖੀ ਹੋ ਕੇ ਨੌਜਵਾਨ ਬੜੀ ਵੱਡੀ ਗਿਣਤੀ ਵਿਦੇਸ਼ਾਂ ਨੂੰ ਭੱਜ ਰਿਹਾ ਹੈ देखो जम्मू साहब ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਵੀ ਹਰ ਨੌਜਵਾਨ ਅੱਜ ਵਿਦੇਸ਼ਾਂ ਵੱਲ ਭੱਜ ਰਿਹਾ ਹੈ ਤੇ ਮੈਂ ਇਹ ਸਮਝਦਾ ਤੇ ਦੋ ਕਾਰਨ ਨੇ ਇੱਕ ਤਾਂ ਆਪਣੇ ਇੱਥੇ ਪੰਜਾਬ ਦੇ ਵਿੱਚ ਜਿਹੜਾ ਹੈ ਰੋਜ਼ਗਾਰ ਦੇ ਚੰਗੇ ਜਿਹੜੇ ਜਿਹੜਾ ਹੈ ਆਪਰਚੂਨਿਟੀਆਂ ਨਾ ਹੋਣ ਕਰਕੇ ਵੀ ਭੱਜ ਰਿਹਾ ਦੂਜਾ ਉੱਥੇ ਵਧੀਆ ਜੀਵਨ ਰਹਿਣ ਦਾ ਸਟਰ ਹੈ ਜਿਹੜਾ ਉਹ ਹੋਣ ਕਰਕੇ ਵੀ ਲੋਕ ਉਧਰ ਭੱਜ ਰਹੇ ਨੇ ਜਿੱਥੇ ਉੱਥੇ ਸਾਰਾ ਜਿਹੜਾ ਹੈ ਸਿਸਟਮ ਨੇ ਉਹੋ ਕਾਨੂੰਨ ਦੇ ਦਾਇਰੇ ਵਿੱਚ ਚੱਲਦੇ ਨੇ ਸੋ ਉੱਥੇ ਦਾ ਜੀਵਨ ਹੈ ਜਿਹੜਾ ਉਹ ਲੋਕਾਂ ਦਾ ਟੈਨਸ਼ਨ ਫਰੀ ਵਧੀਆ ਜੀਵਨ ਹੈ ਸੋ ਇਹ ਦੋ ਵੱਡੇ ਕਾਰਨਾ ਕਰਕੇ ਮੈਂ ਸਮਝਦਾ ਇਹ ਦੋਨਾਂ ਨੂੰ ਹੀ ਐ ਐਡਰੈਸ ਕਰਨਾ ਪਵੇਗਾ ਜਿੱਥੋਂ ਤੱਕ ਤਾਂ ਰੋਜ਼ਗਾਰ ਦੀ ਗੱਲ ਹੈ ਕੋਈ ਵੀ ਸਰਕਾਰ ਸਰਕਾਰ ਦੇ ਵਿੱਚ ਨਹੀਂ ਸਾਰੇ ਨੂੰ ਰੋਜ਼ਗਾਰ ਦੇ ਸਕਦੀ ਕਿਉਂਕਿ ਸਰਕਾਰ ਤਾਂ ਲੋਕਾਂ ਦੇ ਪੈਸੇ ਟੈਕਸ ਤੋਂ ਇਕੱਠੀ ਹੋ ਕੇ ਚੱਲਦੀ ਹੈ ਸਰਕਾਰ ਹਰ ਕਿਸੇ ਨੂੰ ਰੋਜ਼ਗਾਰ ਨਹੀਂ ਸਾਨੂੰ ਲੋਕਾਂ ਨੂੰ ਜਿਹੜਾ ਹੈ ਇਹਨੇ ਯੋਗ ਬਣਾਉਣਾ ਪਏਗਾ ਵੀ ਉਹ ਜਿਹੜਾ ਹੈ ਸੈਲਫ এমਪਲॉयਮੈਂਟ ਜਨਰੇਟ ਕਰ ਸਕਣ ਸਾਨੂੰ ਇਧਰ ਧਿਆਨ ਇਹਨਾਂ ਨੇ ਵੀ ਕਾਂਗਰਸ ਨੇ ਵੀ ਝੂਠ ਬੋਲ ਕੇ ਵਾਅਦੇ ਕਰਦੇ ਵੀ ਇੰਨੇ ਲੱਖ ਨੌਕਰੀ ਘਰ ਘਰ ਨੌਕਰੀ ਦੇਵਾਂਗੇ ਜਿਹੜੀ ਪੋਸੀਬਲ ਨਹੀਂ ਸਾਨੂੰ ਤਾਂ ਐਸੇ ਨੌਜਵਾਨ ਚਾਹੀਦੇ ਨੇ ਜਿਹੜੇ ਰੋਜ਼ਗਾਰ ਪੈਦਾ ਕਰਨ ਗਵਰਨਮੈਂਟ ਉਹਨਾਂ ਨੂੰ ਸਪੋਰਟ ਕਰੇ ਗਵਰਨਮੈਂਟ ਉਹਨਾਂ ਨੂੰ ਇਨਸੈਂਟਿਵਾਇਜ਼ ਕਰੇ ਹਰ ਤਰ੍ਹਾਂ ਦੀ ਮਦਦ ਕਰੇ ਤਾਂ ਕਿ ਉਹ ਲੋਕ ਜਿਹੜੇ ਨੇ ਹੋਰ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਸਮਰਥ ਹੋ ਸਕਣ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਸੋ ਮੈਂ ਸਮਝਦਾ ਸਾਨੂੰ ਪ੍ਰੋਐਕਟਿਵਲੀ ਗਵਰਨਮੈਂਟ ਦੇ ਜਿਹੜਾ ਹੈ ਕੁਝ ਡਿਪਾਰਟਮੈਂਟਸ ਜਿਹੜੇ ਨੇ ਉਹਨਾਂ 'ਚ ਖਰਚਾ ਘਟਾ ਕੇ ਇਹ ਖਰਚਾ ਜਿਹੜਾ ਹੈ ਇਸ ਸੈਲਫ এমਪਲॉयਮੈਂਟ ਓਪਰਚ्युनिटीज ਜਨਰੇਟ ਕਰਨ ਵਾਲ ਸਾਨੂੰ ਇਨਸੈਂਟਿਵਾਇਜ਼ ਕਰਨਾ ਚਾਹੀਦਾ ਦੂਜਾ ਜਿਹੜਾ ਹੈ ਜਿਵੇਂ ਬਾਹਰ ਜਿਵੇਂ ਤੁਹਾਨੂੰ ਦੱਸਿਆ ਵੀ ਵਧੀਆ ਜੀਵਨ ਹੈ ਉੱਥੇ ਸਭ ਤੋਂ ਵੱਡਾ ਕਾਰਨ ਹੈ ਵੀ ਲਾ ਰੂਲ ਆਫ ਲਾ ਹੈ ਕਿਸੇ ਨੂੰ ਕੋਈ ਕਰਪਸ਼ਨ ਦੇ ਕੇ ਜਾਂ ਕਿਸੇ ਦੇ ਪੈਸੇ ਦੇ ਕੇ ਆਪਣੇ ਕੰਮ ਕਰਾਉਣ ਦੀ ਲੋੜ ਨਹੀਂ ਪੈਂਦੀ ਉੱਥੇ ਬਾਇ ਡਿਊ ਪ੍ਰੋਸੈਸ ਉਹ ਜਿਹੜੇ ਸਾਰੇ ਕੰਮ ਹੁੰਦੇ ਨੇ ਤੇ ਉਹਨਾਂ ਵਿੱਚ ਵੀ ਮੈਂ ਸਮਝਦਾ ਪ੍ਰਸ਼ਾਸਨਿਕ ਸੁਧਾਰਾਂ ਦੇ ਰਾਹੀਂ ਸ਼ਕਤੀ ਰਾਹੀਂ ਤੇ ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਕੇ ਵੀ ਇਹ ਜੋ ਚੀਜ਼ਾਂ ਨੇ ਲੋਕਾਂ ਦੇ ਭਲੇ ਵਾਸਤੇ ਮੁਲਾਜ਼ਮਾਂ ਨੂੰ ਜਿਹੜਾ ਹੈ ਅਸੀਂ ਉਹਨਾਂ ਨੂੰ ਜਿਹੜਾ ਪ੍ਰੇਰਿਤ ਕਰਕੇ ਇਦਨ ਕਰ ਸਕਦੇ ਹਾਂ ਇਹ ਇਹਦੇ ਵਾਸਤੇ ਹੈ ਮੈਂ ਸਮਝਦਾ ਜੇ ਮੈਂ ਕਹਾਂ ਵੀ ਕੋਈ ਬਹੁਤ ਸੋਖਾ ਕੰਮ ਹੈ ਪਰ ਇਦਨ ਸੁਧਾਰ ਸਮਝ ਜ਼ਰੂਰ ਲੱਗਿਆ ਪਰ ਘੱਟੋ ਘੱਟ ਮੈਂ ਸਮਝਦਾ ਉਧਰ ਨੂੰ ਤੁਰਨਾ ਚਾਹੀਦਾ ਅਸੀਂ ਤੁਰੀਏ ਉਧਰ ਜਿਹੜੇ ਮੁਲਾਜ਼ਮਾਂ ਨੂੰ ਪ੍ਰੇਰਿਤ ਕਰੀਏ ਵੀ ਭਾਈ ਇਹ ਤੁਸੀਂ ਜਿਹੜਾ ਹੈ ਇੱਕ ਕ੍ਰਾਪਸ਼ਨ ਤੋਂ ਦੂਰ ਜਾਓ ਜਿਹੜੇ ਕੋਈ ਹੈ ਨੇ ਕਰਦੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋਣ ਤੇ ਇਹ ਸਿਸਟਮਸ ਇਨ ਪਲੇਸ ਐਸੇ ਆ ਜਾਣ ਵੀ ਆਟੋਮੈਟਿਕਲੀ ਮਿਨਿਮਮ ਪਬਲਿਕ ਜਿਹੜਾ ਹੈ ਇੰਟਰਫੇਰਸ ਵਿਦ ਗਵਰਨਮੈਂਟ ਹੋ ਰਵੇ ਤੇ ਆਟੋਮੈਟਿਕਲੀ ਅੱਜ ਤੱਕ ਸਾਰੇ ਜਿਹੜੇ ਨੇ ਸਿਸਟਮਸ ਹੈਗੇ ਨੇ ਤੁਹਾਡੇ ਕੋਲ ਆਈਟੀ ਸਿਸਟਮਸ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਕੁਝ ਡਿਵੈਲਪ ਕੀਤਾ ਜਾ ਸਕਦਾ ਹੈ ਵੀ ਆਟੋਮੈਟਿਕਲੀ ਜਿਹੜੇ ਸਾਰੇ ਕੰਮ ਜਿਹੜੇ ਖਾਸ ਤੌਰ ਤੇ ਲੋਕਾਂ ਦੀਆਂ ਜੋ ਦਫ਼ਤਰਾਂ ਦੇ ਵਿੱਚ ਕੰਮ ਨੇ ਜਾਂ ਉਹਨਾਂ ਨੂੰ ਜਿਹੜਾ ਇਹਨਾਂ ਸਿਸਟਮ ਦੇ ਰਾਹੀਂ ਲਿਆਇਆ ਜਾ ਸਕਦਾ ਸੋ ਉਧਰ ਵੀ ਕੰਮ ਕਰਨ ਦੀ ਲੋੜ ਹੈ ਸੋ ਜੇ ਮੈਂ ਕਹਾਂ ਵੀ ਰਾਤੋਂ ਰਾਤ ਨਹੀਂ ਪਰ ਇਧਰ ਨੂੰ ਮੈਂ ਸਮਝਦਾ ਅੱਜ ਕੱਲ੍ਹ ਅਜ ਤੱਕ ਕੋਈ ਸਰਕਾਰ ਤੁਰੀ ਨਹੀਂ ਉਧਰ ਨੂੰ ਜ਼ਰੂਰ ਮੈਂ ਇਸ ਗੱਲ ਤੇ ਪੂਰਾ ਵਿਸ਼ਵਾਸ ਹੈ ਵੀ ਅਸੀਂ ਇਹ ਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ ਨਸ਼ਿਆਂ ਦੇ ਮੁੱਦੇ ਤੇ ਕੀ ਰਹੇਗਾ ਨੌਜਵਾਨ ਬਹੁਤ ਵੱਡੇ ਪੱਧਰ ਤੇ ਪਿਛਲੇ ਸਮੇਂ ਦੇ ਵਿੱਚ ਨਸ਼ਿਆਂ ਵੱਲ ੱਟਕੇ ਗਏ ਆ ਨਜੀਲੇ ਪਦਾਰਥਾਂ ਦੀ ਬਹੁਤ ਬਹੁਤ ਆਤ ਰਹੀ ਹੈ ਉਹਦੇ ਤੇ ਕੀ ਰਹੇ ਦੇਖੋ ਦੋਨੇ ਚੀਜ਼ਾਂ ਨੇ ਜਿਵੇਂ ਤੁਸੀਂ ਦੱਸਿਆ ਵੀ ਇੱਕ ਕੈਰੇਟੈਂਸਟਿਕ ਪਾਲਿਸੀ ਜਿਹੜੀ ਹੈਗੀ ਉਹ ਅਡਾਪਟ ਕਰਨੀ ਪਵੇਗੀ ਲੋਕਾਂ ਨੂੰ ਤੁਸੀਂ ਪ੍ਰੇਰ ਕੇ ਛਡਾਓ ਜਿਹੜੀਆਂ ਸਾਡੀਆਂ ਸੋਸ਼ਲ ਆਰਗੇਨਾਈਜੇਸ਼ਨਸ ਨੇ ਸਾਡੇ ਸਮਾਜਿਕ ਜਿਹੜਾ ਸਿਸਟਮ ਹੈ ਉਹਨੂੰ ਵਿੱਚ ਇਨਵੋਲਵ ਕਰਕੇ ਉਹਨੂੰ ਪੂਰਾ ਇਨਕਲੂਸਿਵ ਉਹਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਤੇ ਸਰਕਾਰ ਦੀ ਜਿਹੜੀ ਐ ਸਪੋਰਟ ਹੋਵੇ ਸਰਕਾਰ ਦੀ ਸਖਤੀ ਹੋਵੇ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਹੋਵੇ ਤੇ ਉਹਦੇ ਨਾਲ ਅਸੀਂ ਇਹਨੂੰ ਘਟਾ ਸਕਦੇ ਹਾਂ ਜੇ ਮੈਂ ਕਹਾਂ ਬਿਲਕੁਲ ਖਤਮ ਕੀਤਾ ਜਾ ਸਕਦਾ ਹੈ ਵੱਡੇ ਵੱਡੇ ਦੇਸ਼ਾਂ ਦੇ ਵਿੱਚ ਵੀ ਨਸ਼ਿਆਂ ਨੂੰ ਬਿਲਕੁਲ ਖਤਮ ਨਹੀਂ ਗਿਆ ਪਰ ਘੱਟੋ-ਘੱਟ ਮੈਂ ਸਮਝਦਾ ਸਾਨੂੰ ਜਿਹੜਾ ਹੈ ਪ੍ਰੋਐਕਟਿਵਲੀ ਸਿਰਫ ਸਾਡਾ ਕੀ ਹੁੰਦਾ ਕਈ ਵਾਰ ਅਸੀਂ ਸਿਰਫ ਇੱਕ ਇੱਕ ਚੀਜ਼ ਨੂੰ ਫੜ ਲੈਂਦੇ ਹਾਂ ਕਈ ਵਾਰ ਅਸੀਂ ਕਹਿੰਦੇ ਹਾਂ ਵੀ ਹੁਣ ਜਿਹੜੇ ਤਸਕਰ ਨੇ ਉਹਨਾਂ ਨੂੰ ਫੜ ਲਓ ਕੱਲਿਆਂ ਨੂੰ ਇੱਕ ਨੂੰ ਫੜਦੇ ਹੋ ਦੂਜਾ ਪੈਦਾ ਹੋ ਜਾਂਦਾ ਫੇਰ ਅਸੀਂ ਸੋਚਦੇ ਆ ਵੀ ਹੁਣ ਇਹਨਾਂ ਨੂੰ ਇੱਕ ਪਾਸੇ ਧਿਆਨ ਦੇ ਫਿਰ ਅਸੀਂ ਜਿਹੜਾ ਹੈਰੀ ਹੈਬਿਟੇਸ਼ਨ ਐਂਡ ਉਹਨਾਂ ਨੂੰ ਜਿਹੜੇ ਨਸ਼ਈ ਨੇ ਉਹਦੀ ਰੋਕਥਾਮ ਲਈ ਕਰਨਾ ਪੈਣਾ ਉਹ ਤੋਂ ਅਸੀਂ ਦੂਜੇ ਪਾਸੇ ਧਿਆਨ ਛੱਡ ਦਿੰਦੇ ਆ ਇੱਕ ਮੈਂ ਮੇਰਾ ਮੰਨਣਾ ਹੈ ਵੀ ਸਾਰੇ ਇਕੱਠੇ ਰਲ ਕੇ ਸਾਰੇ ਸਰਕਾਰ ਦੇ ਸਾਰੇ ਵਿੰਗ ਸੋਸ਼ੀਅਲੀ ਪੰਚਾਇਤਾਂ ਤੋਂ ਲੈ ਕੇ ਉੱਤੇ ਤੱਕ ਜੇ ਨੇ ਵੀ ਸੰਸ ਗੁਰਦੁਆਰਾ ਕਮੇਟੀਆਂ ਨੇ ਪੰਚਾਇਤਾਂ ਨੇ ਸਾਡੀਆਂ ਹੋਰ ਆਰਗੇਨਾਈਜ਼ਡ ਐਨ ਜੀਓਜ਼ ਨੇ ਸਾਰੀਆਂ ਇਨਵੋਲਵ ਕਰਨ ਦੀ ਲੋੜ ਹੈ ਇਹਨਾਂ ਨੂੰ ਤਾਂ ਕਿ ਘਰ ਘਰ ਤੱਕ ਸਰਕਾਰ ਦਾ ਮੈਸੇਜ ਪਹੁੰਚੇ ਤਾਂ ਅਸੀਂ ਇਹਨੂੰ ਅਨਤ ਪਾ ਸਕਦੇ ਹਾਂ ਜੀ ਸਾਹਿਬ ਤੁਹਾਡਾ ਤੁਹਾਨੂੰ ਟਾਈਮ ਦੇਣ ਲਈ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਫਿਰ ਵੀ ਸਾਡੇ ਅਗਲੇ ਪ੍ਰੋਗਰਾਮਾਂ ਦਾ ਹਿੱਸਾ ਬਣੇ ਰਹੋਗੇ ਇੱਥੇ ਮੈਂ ਆਪਣੇ ਦਰਸ਼ਕਾਂ ਤੋਂ ਲੈਣਾ ਇਜਾਜ਼ਤ ਬਹੁਤ ਬਹੁਤ ਧੰਨਵਾਦ ਧੰਨਵਾਦ